7th ਕਲਾਸ ਦੇ ਪਿਆਰੇ ਵਿਦਿਆਰਥੀਓ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੁਲਾਈ 2021 ਵਾਈ ਮਨਥਲੀ ਇਗਜ਼ਾਮ ਚੱਲ ਰਹੇ ਹਨ ਤੁਸੀਂ ਸਾਰਿਆਂ ਨੇ ਮੈਥ ਦਾ ਇਗਜ਼ਾਮ ਅਟੈਂਪਟ ਕੀਤਾ ਹੈ ਮਿਤੀ 14/7/21 ਨੂੰ ਜੋ ਹੋਇਆ ਸੀ ਹੁਣ ਅਸੀਂ ਇਸ ਵੀਡੀਓ ਵਿੱਚ ਦੇਖਾਂਗੇ ਜਿਹੜੇ ਉਹ 30 ਸਵਾਲ ਸੀ ਉਹਨਾਂ ਵਿੱਚ ਉਹਨਾਂ ਦਾ ਸੋਲੂਸ਼ਨ ਕੀ ਹੈ ਤੁਸੀਂ ਉਹਨਾਂ ਵਿੱਚੋਂ ਕਿੰਨੇ ਸਵਾਲ ਠੀਕ ਕੀਤੇ ਹੈ ਕਿੰਨੇ ਗਲਤ ਕੀਤੇ ਹੈ ਅੱਜ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤਾਨੂੰ ਬਿਲਕੁਲ ਪੂਰਾ ਪੂਰਾ ਅੰਦਾਜ਼ਾ ਲੱਗ ਜਾਏਗਾ। ਤੋਂ ਸਭ ਤੋਂ ਪਹਿਲਾਂ ਇਸ ਫਾਰਮ ਵਿੱਚ ਅਸੀਂ ਡਿਸਟ੍ਰਿਕਟ ਆਪਣੇ ਡਿਸਟ੍ਰਿਕਟ ਪਰ ਨਹੀਂ ਹੈ। ਡਿਸਟ੍ਰਿਕਟ ਤੋਂ ਬਾਅਦ ਅਸੀਂ ਆਪਣੀ ਜਿਹੜੀ ਹੈ ਸਟੂਡੈਂਟ ਆਈਡੀ ਉਹ ਫਿਲ ਕਰਨੀ ਹੈ। ਉਸ ਤੋਂ ਬਾਅਦ ਤੁਹਾਨੂੰ ਨਜ਼ਰ ਆ ਰਿਹਾ ਹੈ ਸਭ ਤੋਂ ਪਹਿਲਾਂ ਹੈ ਸੈਕਸ਼ਨ A ਜਿਹੜੀ ਭਾਗ ਹੈ ਜਿਹੜਾ ਊੜਾ। ਤੋਂ ਇਹਦੇ ਵਿੱਚ ਜਿਹੜਾ ਫਰਸਟ ਕੁਐਸਚਨ ਜਿਹੜਾ ਆਪਾਂ ਨੂੰ ਨਜ਼ਰ ਆ ਰਿਹਾ ਹੈ ਉਸ ਲਿਖਿਆ ਹੋਇਆ ਹੈ ਕਿੰਨੇ 1/2 ਯਾਨੀ ਅੱਧਾ ਨੂੰ ਮਿਲਾ ਕੇ 2 પ્રાપ્ત ਹੋਵੇਗਾ ਹਾਊ ਮੈਨੀ ਹਾਫ ਮੇਕਸ 2 ਕਿੰਨੇ ਹਾਫ ਮਿਲ ਕੇ 2 ਹੁੰਦੇ ਆ ਹੁਣ ਦੇਖੋ ਅਗਰ ਆਪਣੇ ਕੋਲ ਇੱਕ ਹਾਫ ਹੈ ਉਹਦੇ ਵਿੱਚ ਅਸੀਂ ਅਗਰ ਇੱਕ ਹੋਰ ਹਾਫ ਐਡ ਕਰ ਦਈਏ ਸਾਨੂੰ ਪਤਾ ਹਾਫ ਔਰ ਹਾਫ ਕਿੰਨੇ ਹੁੰਦੇ ਆ 1 ਹੁੰਦਾ ਹੈ ਅਸੀਂ ਅਗਰ ਉਹਦੇ ਵਿੱਚ ਇੱਕ ਹੋਰ ਹਾਫ ਜੋੜ ਦਈਏ ਡੇਢ ਬਣ ਗਿਆ ਅਗਰ ਉਹਦੇ ਵਿੱਚ ਇੱਕ ਹੋਰ ਹਾਫ ਜੋੜ ਦਈਏ ਤਾਂ ਇਹ ਆਪਣੇ ਕੋਲ ਕਿੰਨਾ ਬਣ ਗਿਆ نیچے ਆਪਣੇ ਕੋਲ 2 ਰੇ ਨਾ ਹੈ ਉੱਪਰ 1 2 3 ਐਂਡ 4 4 ਹੋ ਗਿਆ 2 1 2 2 2 4 ਕੱਟ ਗਏ ਤੇ ਆਪਣੇ ਕੋ ਬਚਿਆ 2 ਜਾਨਕੀ ਕਹਿਣ ਦਾ ਮਤਲਬ ਹੈ ਵੀ 4 ਵਾਰੀ ਅਗਰ ਅਸੀਂ ਅੱਧੇ-ਅੱਧੇ ਜੋੜਾਂਗੇ ਹਾਫ-ਹਾਫ ਜੋੜਾਂਗੇ ਤਾਂ ਸਾਡੇ ਕੋ 2 ਪ੍ਰਾਪਤ ਹੋਏਗਾ ਤਾਂ ਇਹਦਾ ਮਤਲਬ ਕਿੰਨੇ ਹਾਫ ਚਾਹੀਦੇ ਆਪਾਂ ਨੂੰ ਆਪਾਂ ਨੂੰ ਚਾਹੀਦੇ ਆ 4 ਹਾਫ ਇਸ ਨੂੰ ਸਮਝਣ ਦੇ ਲਈ ਅਸੀਂ ਇਸ ਤਰ੍ਹਾਂ ਵੀ ਲੈ ਸਕਦੇ ਆ ਸਪੋਜ਼ ਸਾਡੇ ਕੋ ਇੱਕ ਹਾਫ ਐਪਲ ਹੈ ਠੀਕ ਹੈ ਤਾਂ ਅਗਰ ਇੱਕ ਹਾਫ ਐਪਲ ਅਸੀਂ ਹੋਰ ਲੈ ਲਈਏ ਤਾਂ ਇਹ ਸਾਡੇ ਕੋ ਇੱਕ ਕੰਪਲੀਟ ਐਪਲ ਬਣ ਜਾਏਗਾ ਇਸੀ ਤਰ੍ਹਾਂ ਇੱਕ ਹੋਰ ਹਾਫ ਐਪਲ ਲੈ ਲਿਆ ਉਸ ਦੇ ਨਾਲ ਇੱਕ ਹੋਰ ਹਾਫ ਐਪਲ ਲੈ ਲਿਆ ਤਾਂ ਇਹ ਦੋ ਐਪਲ ਹਾਫ ਐਪਲ ਹੈ ਇਹਨਾਂ ਨੂੰ ਮਿਲਾਵਾਂਗੇ ਤਾਂ ਸਾਡੇ ਕੋਲ ਕੰਪਲੀਟ ਐਪਲ ਬਣ ਜਾਏਗਾ ਤਾਂ ਇਸ ਤਰ੍ਹਾਂ ਸਾਡੇ ਕੋਲ ਦੋ ਕੰਪਲੀਟ ਐਪਲ ਬਣ ਗਏ ਚਾਰ ਹਾਫ ਐਪਲਸ ਨੂੰ ਮਿਲਾਉਣ ਤੋਂ ਬਾਅਦ ਤਾਂ ਇਹਦਾ ਮਤਲਬ 4 ਜਿਹੜਾ ਹੈ ਆਪਣਾ கரੈਕਟ ਆਨਸਰ ਹੈ ਇੱਥੇ ਤਾਂ 4 ਨੂੰ ਸੀ ਇੱਥੇ ਟਿਕ ਕਰਨਾ ਹੈ ਨੈਕਸਟ ਕੁਐਸਚਨ ਨੰਬਰ 2 ਨਜ਼ਰ ਆ ਰਿਹਾ ਹੈ ਪਤਾ ਕਰੋ ਫਾਈਂਡ ਇਹ ਆਪਣੇ ਕੋ ਆ ਗਿਆ પરમે સંખ્યામાન دی ڈિવિઝન ਆ ਗਈ ਹੈ ਆਪਣੇ ਕੋ 4/5 تقسیم 1/5 તો اس نو ਕਿਵੇਂ کرنا ہے ਸਾਨੂੰ ਪਤਾ ਹੈ ਕਿ ਅਸੀਂ ਕੀ ਕਰਦੇ ਹਾਂ 4/5 ਲਿਖ ਲਿਆ ਹੁਣ ਜਿਹੜਾ ਡਿਵੀਜ਼ਨ ਹੈ تقسیم ਦਾ ਨਿਸ਼ਾਨ ਨਜ਼ਰ ਆ ਰਿਹਾ ਹੈ ਇਹਦੀ ਜਗ੍ਹਾ ਅਸੀਂ ਕੀ ਕਰਦੇ ਹੁੰਦੇ ਹਾਂ ਗੁਣਾ ਦਾ ਨਿਸ਼ਾਨ ਪਾ ਲੈਂਦੇ ਹਾਂ ਲੇਕਿਨ ਜਦੋਂ ਅਸੀਂ ਗੁਣਾ ਦਾ ਨਿਸ਼ਾਨ ਪਾਉਣਾ ਹੈ ਫਿਰ ਕੀ ਹੋਣਾ ਹੈ ਜਿਹੜਾ ਨੈਕਸਟ ਸਟੈਪ ਹੈ ਜਾਨਕਿ ਉਸ ਤੋਂ ਅਗਲੀ ਪਰਮੇਸ਼ਰਕਾ ਹੈ ਉਸ ਨੂੰ ਅਸੀਂ ਉਲਟਾ ਕਰ ਦੇਣਾ ਹੈ 1/5 ਦਾ ਕੀ ਬਣ ਜਾਏਗਾ 5/ ਇੱਕ ਤੋਂ ਉਸ ਨੂੰ ਸਹੀ ਉਲਟਾ ਦਿੱਤਾ। ਤੋਂ ਬਸ ਇਹੀ ਮੇਨ ਚੀਜ਼ ਸੀ। ਉਸ ਤੋਂ ਬਾਅਦ ਸਾਡੇ ਕੋਲ ਹੁਣ ਕੀ ਬਚਿਆ ਹੈ 4/5 5/1। 5 ਨਾਲ 5 ਕੈਨਸਲ ਕਰ ਸਕਦੇ ਆ। 5 1 5, 5 1 5। ਕੱਟ ਗਏ ਆਪਸ ਵਿੱਚ ਕਿਉਂਕਿ ਅੰਚ ਔਰ ਹਰ ਨੂੰ ਅਬ ਆਪਸ ਵਿੱਚ ਕੱਟ ਸਕਦੇ ਆ। ਤੋਂ ਬਾਕੀ ਕੀ ਬਚਿਆ ਆਪਣੇ ਕੋ ਇੱਧਰ ਬਚਿਆ 4/1 1/1। ਤੋਂ ਇਹ ਬਚਿਆ ਹੁਣ 4 1 ਕਮ 4 ਹੁੰਦਾ ਹੈ। ਔਰ 4 ਨੂੰ 1 ਨਾਲ ਭਾਗ ਕਰੋ ਤਾਂ ਤੁਮ 4 ਹੀ ਰਹਿੰਦਾ ਹੈ। ਤੋਂ ਸਾਡਾ ਜਵਾਬ ਜਿਹੜਾ ਹੈ ਉਹ ਹੈ 4 ਤੋਂ ਅਸੀਂ ਇਥੇ ਆਪਸ਼ਨ ਨੰਬਰ 3 ਨੂੰ ਟਿਕ ਕਰਨਾ ਹੈ ਨੈਕਸਟ ਆਪਣੇ ਕੋ ਕੁਐਸਚਨ ਨੰਬਰ 3 ਆ ਗਿਆ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਰنجੀਤ ਦੁਆਰਾ ਆਖਰੀ 5 ਪਾਰੀਆਂ ਵਿੱਚ ਬਣਾਏ ਗਏ ਸਕੋਰ ਹਨ ਇਹ ਵਾਲੇ ਹਨ ਮਦਮਾਨ ਸਕੋਰ ਪਤਾ ਕਰੋ ਫਾਈਂਡ ਦਾ ਮੀਨ ਆਫ ਦਾ ਸਕੋਰਸ ði ਸਕੋਰਸ ਮੇਡ ਬਾਇ ਰنجੀਤ ਇਨ ਹਿਸ ਲਾਸਟ 5 ਇਨਿੰਗਸ ਨਨ ਕਿ ਉਸਨੇ 5 ਮੈਚ ਖੇਲੇ ਹੈ ਰਣਜੀਤ ਨੇ ਪੰਜਾਂ ਮੈਚਾਂ ਵਿੱਚ ਉਸਨੇ ਸਕੋਰ ਕਿੰਨੇ ਮਾਰੇ ਆ ਪਹਿਲੇ ਮੈਚ ਵਿੱਚ 0 ਮਾਰਿਆ ਹੈ ਦੂਜੇ ਵਿੱਚ ਉਸਨੇ 20 ਮਾਰਿਆ ਹੈ ਅਗਲੇ ਮੈਚ ਵਿੱਚ ਉਸਨੇ 15 ਸਕੋਰ ਮਾਰ ਦਿੱਤੇ ਫਿਰ 0 ਮਾਰਿਆ ਫਿਰ 15 ਸਕੋਰ ਮਾਰੇ ਤਾਂ ਅਸੀਂ ਪਤਾ ਕਰਨਾ ਹੈ ਮਦਵਾਨ ਜਿਸ ਨੂੰ ਇੰਗਲਿਸ਼ ਵਿੱਚ ਬੋਲਦੇ ਆਪਾਂ ਮੀਨ ਐਵਰੇਜ ਵੀ ਬੋਲ ਦਿੰਦੇ ਆ ਤਾਂ ਮੀਨ ਦਾ ਫਾਰਮੂਲਾ ਕੀ ਹੁੰਦਾ ਹੈ ਮੀਨ ਦਾ ਫਾਰਮੂਲਾ ਹੁੰਦਾ ਹੈ ਕਿ ਜਦੋਂ ਅਸੀਂ ਮੀਨ ਪਤਾ ਕਰਨਾ ਹੈ ਮਦਵਾਨ ਪਤਾ ਕਰਨਾ ਹੈ ਮਦਮਾਨ ਤੋ ਕੀ ਕਰਦੇ ਹੁੰਦੇ ਫਾਰਮੂਲਾ ਕੀ ਆ ਜਿਹੜੀਆਂ ਸੰਖਿਆਵਾਂ ਦਿੱਤੀਆਂ ਹੋਈਆਂ ਆਪਾਂ ਹੈ ਉਹਨਾਂ ਨੂੰ ਅਸੀਂ ਜੋੜਨਾ ਹੁੰਦਾ ਹੈ ਐਡ ਕਰਨਾ ਤੋ ਸਾਰੀਆਂ ਪਾਰੀਆਂ ਦੇ ਸਕੋਰ ਆ ਉਹਨਾਂ ਨੂੰ ਅਸੀਂ ਜੋੜ ਦਿੰਦਾ ਤੋ ਨੀਚੇ ਅਸੀਂ ਡਿਵਾਈਡ ਕੀ ਕਰਨਾ ਹੈ ਜਿੰਨੀਆਂ ਸੰਖਿਆਵਾਂ ਦਿੱਤੀਆਂ ਹੋਈਆਂ ਕਿੰਨੀਆਂ ਸੰਖਿਆਵਾਂ ਹਨ 1 2 3 4 ਤੇ 5 ਟੋਟਲ ਜਿਹੜੇ ਆંકੜੇ ਆ ਉਹ 5 ਹੈ ਤੋ ਅਸੀਂ ਨੰਬਰ ਆਫ ਡਾਟਾ ਜਿਹੜਾ ਉਹਦੇ ਨਾਲ ਡਿਵਾਈਡ ਕਰਦੇ ਹੁੰਦੇ ਆ ਤੋ ਇਹ ਬਣ ਗਿਆ ਆਪਣੇ ਕੋਲ 0 ਵਿੱਚ 20 ਜੋੜੇ 20 ਹੀ ਰਹਿੰਦੇ ਆ 20 'ਚ 15 ਜੋੜੇ 35 35 ਜਮਾ 0 ਫਿਰ 35 ਰਹਿ ਗਿਆ 35 ਚ 15 ਜੋੜੇ ਸਾਡੇ ਕੋ ਬਣ ਗਿਆ 50 ਤੋਂ ਨੀਚੇ ਹੈ ਆਪਣੇ ਕੋ 5 ਤੋਂ 50 ਵਟਾ 5 ਆ ਗਿਆ ਸਾਨੂੰ ਪਤਾ ਹੈ 5 ਦੇ ਦਾ ਟੇਬਲ ਪੜ ਸਕਦੇ ਆ 5 5 10 5 50 ਤੋਂ ਇਹ ਬਣ ਉਹ ਕਰੈਕਟ ਆਪਸ਼ਨ ਹੈ ਇਥੇ ਤੋਂ ਅਸੀਂ ਫਰਸਟ ਆਪਸ਼ਨ ਨੂੰ ਇਥੇ ਟਿਕ ਕਰਨਾ ਹੈ ਨੈਕਸਟ ਕੁਐਸਚਨ ਨੰਬਰ 4 ਇਹਦੇ ਵਿੱਚ ਪ੍ਰੋਬੇਬਿਲਿਟੀ ਦਾ ਸਵਾਲ ਹੈ ਲਿਖਿਆ ਹੈ ਇੱਕ ਡੱਬੇ ਵਿੱਚ 1 ਤੋਂ 7 ਨੰਬਰ ਤੱਕ ਦੀਆਂ ਗਿੰਦਾ ਹਨ ਸਪੋਜ਼ ਇੱਕ ਬਾਕਸ ਹੈ ਇਸ ਤਰ੍ਹਾਂ ਦਾ ਆਪਾਂ ਬਾਕਸ ਲੈ ਲਿਆ ਉਹਦੇ ਵਿੱਚ ਅਸੀਂ ਕੀ ਕੀਤਾ 7 ਗਿੰਦਾ ਸਿਰ ਦਿੱਤੀਆਂ ਤੋਂ 1 2 3 4 5 6 ਉਹ 7 ਇੱਕ ਬਾਕਸ ਵਿੱਚ 7 ਗਿੰਦਾ ਆਪਣੇ ਕੋਲ ਪਈਆਂ ਹੋਈਆਂ ਹੈ ਤੋ ਬਿਨਾ ਦੇਖੇ ਇੱਕ ਗੇਂਦ ਅਸੀਂ ਬਾਹਰ ਕੱਢੀ ਹੈ ਕੱਢਣ ਤੇ 5 ਨੰਬਰ ਦੀ ਗੇਂਦ ਆਉਣ ਦੀ ਕੀ ਸੰਭਾਵਨਾ ਹੈ ਕਿਉਂਕਿ ਜਦੋਂ ਅਸੀਂ ਇੱਕ ਬਿਨਾ ਦੇਖੇ ਅੰਦਰੇ ਹੱਥ ਪਾਇਆ ਔਰ ਇੱਕ ਬੋਲ ਬਾਹਰ ਕੱਢੀ ਤੋ ਜਿਹੜੀ ਬਾਹਰ ਬੋਲ ਆਈ ਉਹ 5 ਹੋਣੀ ਚਾਹੀਦੀ ਹੈ ਤੋ 5 ਦੇ ਹੋਣ ਦੇ ਕੀ ਸੰਭਾਵਨਾ ਹੈ ਇਹ ਹੈ ਸਵਾਲ ਆਪਣਾ ਤੋ ਜਦੋਂ ਅਸੀਂ ਬੋਲ ਬਾਹਰ ਕੱਢਾਂਗੇ ਠੀਕ ਹੈ ਤੋ ਪ੍ਰੋਬੈਬਿਲਟੀ ਜਿਹੜੀ ਹੁੰਦੀ ਹੈ ਉਹ ਉਹ ਆ ਜਾਏਗੀ ਆਪਣੇ ਕੋ ਟੋਟਲ ਕਿੰਨਿਆ ਗਿੰਦਾ ਹੈ 7 ਗਿੰਦਾ ਹੈ ਠੀਕ ਹੈ ਤੋ ਲੇਕਿਨ 5 ਨੰਬਰ ਬੋਲ ਆਉਣ ਦੇ ਕਿੰਨੇ ਚਾਂਸ ਹੈ ਕਿਉਂਕਿ 5 ਨੰਬਰ ਬੋਲ ਇੱਕ ਸਿਰਫ ਇੱਕ ਹੈ ਤੋ ਸਿਰਫ ਇੱਕ ਚਾਂਸ ਹੈ ਕਿ ਬੋਲ ਸਾਡੇ ਅਚ 5 ਨੰਬਰ ਆਵੇ ਉਹ 7ਾਂ ਵਿੱਚੋਂ ਸਿਰਫ ਇੱਕ ਚਾਂਸ ਹੈ ਕਿ 5 ਨੰਬਰ ਦੀ ਬੋਲ ਸਾਡੇ ਕੋਲ ਪ੍ਰਾਪਤ ਹੋਵੇ ਤੋ ਪ੍ਰੋਬੈਬਿਲਿਟੀ ਕਿੰਨੀ ਬਣ ਗਈ ਆਪਣੇ ਕੋ ਪ੍ਰੋਬੈਬਿਲਿਟੀ ਬਣ ਗਈ 1/7 ਜਿਹੜੀ ਕਿ ਆਪਸ਼ਨ ਨੰਬਰ 1 ਦੇ ਵਿੱਚ ਨਜ਼ਰ ਆ ਰਹੀ ਹੈ ਤੋ ਇੱਥੇ ਅਸੀਂ ਫਰਸਟ ਆਪਸ਼ਨ ਨੂੰ ਅਸੀਂ ਟਿਕ ਕਰਨਾ ਹੈ ਨੈਕਸਟ ਆਪਣੇ ਕੋ ਆ ਗਿਆ ਕਵੈਸਚਨ ਨੰਬਰ 5 ਅੰਕੜਾ ਵਿਗਿਆਨ ਦਾ ਇਹ ਕੁਐਸਚਨ ਹੈ ਇੱਥੇ ਲਿਖਿਆ ਹੈ ਦਿੱਤੇ ਗਏ ਸ਼ਰਟ ਗ੍ਰਾਫ ਨੂੰ ਪੜੋ ਜੋ ਇੱਕ ਪੁਸਤਕ ਦੀ ਦੁਕਾਨ ਤੋਂ 5 ਕ੍ਰਮਬਾਰ ਸਾਲਾਂ ਵਿੱਚ ਵਿਕਣ ਵਾਲੀਆਂ ਪੁਸਤਕਾਂ ਦੀ ਸੰਖਿਆ ਨੂੰ ਦਰਸਾਉਂਦਾ ਹੈ ਪਤਾ ਕਰੋ ਕਿ ਸਾਲ ਕਿਸ ਸਾਲ ਵਿੱਚ 400 ਤੋਂ ਵੱਧ ਪੁਸਤਕਾਂ ਵਿਕੀਆਂ ਹਨ ਕਿਤਾਬਾਂ ਵਿਕੀਆਂ ਹਨ ਤਾਂ ਕਿਹੜਾ ਸਾਲ ਹੈ ਜਿਸ ਵਿੱਚ 400 ਤੋਂ ਵੱਧ ਕਿਤਾਬਾਂ ਵਿਕੀਆਂ ਹਨ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਹੈ ਇੱਧਰ ইਅਰਸ ਸਾਲ ਹੋ ਗਏ ਤੋ ਇਧਰਲੇ ਵਸੇ ਆ ਗਿਆ ਆਪਣੇ ਕੋਲ ਨੰਬਰ ਆਫ ਬੁక్స్ ਤੋ ਨੰਬਰ ਆਫ ਬੁక్స్ ਆਪਾਂ ਨੂੰ ਨਜ਼ਰ ਆ ਰਿਹਾ ਹੈ ਇੱਥੇ ਲਿਖਿਆ ਹੈ 400 ਤੋ 400 ਤਾਂ ਅਗਰ ਅਸੀਂ ਲਾਈਨ ਮਾਰ ਦਈ ਸਿੱਧੀ ਸਟ੍ਰੇਟ ਲਾਈਨ ਮਾਰ ਦਈਏ ਤੋ ਦੋ ਜਿਹੜੀਆਂ ਛੜ ਗ੍ਰਾਫ ਦੀਆਂ ਲਾਈਨਸ ਹੈ ਉਹ ਇਸ ਨੂੰ ਪਾਰ ਕਰ ਰਹੀਆਂ ਤੋ ਕਿਹੜੇ ਕਿਹੜੇ ਸਾਲ ਹੈ 1990 ਤੇ 1993 ਯਾਨੀ ਕਿ ਇਹ ਦੋ ਸਾਲਾਂ ਵਿੱਚ ਕਿਤਾਬਾਂ 400 ਤੋਂ ਜ਼ਿਆਦਾ ਵਿਕੀਆਂ ਹਨ ਤੋ ਇਹਦਾ ਮਤਲਬ ਆਪਣੇ ਕੋਲ ਆਪਸ਼ਨ ਨੰਬਰ ਜਿਹੜੀ ਹੈ ਸੈਕਿੰਡ 1990 ਔਰ 1993 ਇਹ ਠੀਕ ਜਵਾਬ ਹੈ ਇਥੇ ਤਾਂ ਅਸੀਂ ਇਸ অপਸ਼ਨ ਨੂੰ ਟਿਕ ਕਰਨਾ ਹੈ ਨੈਕਸਟ ਆਪਣਾ ਕੋ ਆ ਗਿਆ ਕੁਐਸਚਨ ਨੰਬਰ 6 ਇਹਦੇ ਚ ਲਿਖਿਆ ਹੈ ਜਗਜੀਤ ਦੇ ਆਖਰੀ 12 ਟੈਸਟਾਂ ਵਿੱਚ ਪ੍ਰਾਪਤ ਹੋਏ ਅੰਕ ਹੇਠ ਲਿਖੇ ਅਨੁਸਾਰ ਹਨ ਤਾਂ ਇਹ ਉਹਦੇ ਅੰਕ ਪ੍ਰਾਪਤ ਹੋਏ ਹੈ ਟੈਸਟਾਂ ਵਿੱਚੋਂ 12 ਟੈਸਟ ਵਿੱਚੋਂ ਠੀਕ ਹੈ ਇਹਦੇ ਚ ਗਿਆ ਹੈ ਅੰਕੜਿਆਂ ਦਾ ਬਹੁਲਕ ਪਤਾ ਕਰੋ ਯਾਨੀ ਕਿ ਫਾਈਂਡ ਦਾ ਮੋਡ ਆਫ ਥੀਸ ਸਕੋਰ ਅਸੀਂ ਮੋਡ ਪਤਾ ਕਰਨਾ ਹੈ ਇੱਥੇ ਤੋਂ ਮੋਡ ਪਤਾ ਕਰਨ ਦੇ ਲਈ ਆਪਾਂ ਕੀ ਕਰਦੇ ਹੁੰਦੇ ਆ ਸਭ ਸਭ ਤੋਂ ਪਹਿਲਾਂ ਅਸੀਂ ਇਸ ਜਿਹੜਾ ਅੰਕੜਾ ਹੈ ਡਾਟਾ ਹੈ ਇਸ ਨੂੰ ਅਸੈਂਡਿੰਗ ਆਰਡਰਸ ਲਿਖਣਾ ਹੈ ਯਾਨੀ ਕਿ ਵੱਧ ਦੇ ਕ੍ਰਮ ਚ ਲਿਖਣਾ ਹੈ ਇਸ ਨੂੰ ਵੱਧ ਦੇ ਕ੍ਰਮ ਵਿੱਚ ਤੋ ਸਭ ਤੋਂ ਪਹਿਲਾਂ ਸਾਨੂੰ ਸਭ ਤੋਂ ਛੋਟੀ ਸੰਖਿਆ ਲਿਖਣੀ ਆ ਜਿਹੜੀ ਕਿ ਨਜ਼ਰ ਆ ਰਹੀ ਹੈ 5 5 ਕਿੰਨੀ ਵਾਰ ਹੈ 5 ਦੋ ਵਾਰ ਆਇਆ ਹੈ ਤੋ ਅਸੀਂ ਦੋ ਵਾਰ 5 ਨੂੰ ਉਤਾਰ ਲਿਆ ਉਸ ਤੋਂ ਬਾਅਦ ਹੈ ਨੰਬਰ 6 6 ਕਿੰਨੀ ਵਾਰ ਆਇਆ ਹੈ 1 ਸਿਰਫ ਇੱਕ ਵਾਰ ਹੀ ਆਇਆ ਹੈ ਤਾਂ ਆਪਾਂ 6 ਲਿਖ ਲਿਆ ਹੁਣ ਅਗਲੀ ਬਾਰੀ 7 ਦੀ 7 ਕਿੰਨੀ ਵਾਰ ਆਇਆ ਹੈ 1 2 3 4 7 ਆਇਆ ਹੈ 4 ਵਾਰੀ ਤੋ 4 ਵਾਰੀ ਅਸੀਂ 7 ਲਿਖ ਲਿਆ ਉਸ ਤੋਂ ਬਾਅਦ ਬਾਰੀ ਹੈ 8 ਦੀ 8 ਆਪਾਂ ਨਜ਼ਰ ਆ ਰਿਹਾ ਹੈ 1 2 ਔਰ 3 ਤਿੰਨ ਵਾਰ ਆ ਸਾਡੇ ਕੋ 8 ਪ੍ਰਾਪਤ ਹੋਇਆ ਤੁਸੀਂ 3 ਟਾਈਮਸ 8 ਲਿਖ ਲਿਆ ਨੈਕਸਟ ਹੈ 9 9 ਹੈ ਆਪਣੇ ਕੋ 1 ਐਂਡ 2 ਦੋ ਵਾਰ 9 ਆਇਆ ਹੈ ਤਾਂ ਸਾਰੇ ਆંકੜੇ ਅਸੀਂ ਉਤਾਰ ਲਏ ਤੋਂ ਹਮ ਮੋਡ ਪਤਾ ਕਰਨਾ ਹੈ ਯਾਨੀ ਕਿ ਬਹੁਲਕ ਬਹੁਲਕ ਦਾ ਮਤਲਬ ਹੁੰਦਾ ਹੈ ਉਹ ਆંકੜਾ ਜਿਹੜਾ ਸਭ ਤੋਂ ਜ਼ਿਆਦਾ ਵਾਰ ਆਉਂਦਾ ਹੈ ਯਾਨੀ ਵਿਚ ਅਕਰਸ ਮੈਕਸਮਮ ਟਾਈਮਸ मैक्सीम टाइम्स तो ये सैवन जोड़ा है अपन पता है चार वारी आया है कि आया है चार वारी अठ जो तीन वारी आया है नौ दो वारी इस तरह पाँच भी दो वारी सब तो बहुत ज़्यादा वार कौन आ रहा है सत्त आ रहा है तो यहाँ मतलब इतने मोड की हो गया मोड अपने को हो गया सैवन बड़ा ईजी क्वेश्चन सिंपल सैवन जरा अपना थर्ड ऑप्शन है वह सा जवाब आ गया तो थर्ड ऑप्शन इतने टिक करना है ਨੈਕਸਟ ਆਪਣਾ ਕੋ ਸਵਾਲ ਨੰਬਰ 7ਵਾਂ ਆ ਗਿਆ ਇਹਦੇ ਵਿੱਚ ਲਿਖਿਆ ਹੈ ਚਿਤ ਦਿੱਤੇ ਚਿੱਤਰ ਦਾ ਲਈ ਸਹੀ ਵਿਕਲਪ ਚੁਣੋ ਤਾਂ ਸਹੀ ਵਿਕਲਪ ਚੁਣਨਾ ਹੈ ਇੱਥੇ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਦੋ ਸਰਕਲ ਨਜ਼ਰ ਆ ਰਹੇ ਹੈ ਸਰਕਲ ਦੇ ਅਗਰ ਅਸੀਂ ਫਰਸਟ ਸਰਕਲ ਦੇਖੀਏ ਇਹਦੇ 5 ਪਾਰਟਸ ਹੈ ਕਿੰਨੇ ਪਾਰਟਸ ਹੈ ਟੋਟਲ 5 ਆਊਟ ਆਫ 5 ਕਿੰਨੇ ਪਾਰਟਸ ਵਿੱਚ ਕਲਰ ਕੀਤਾ ਹੋਇਆ ਹੈ ਦੋ ਵਿੱਚ ਕਲਰ ਕੀਤਾ ਹੋਇਆ ਹੈ ਤਾਂ ਇਸ ਚੱਕਰ ਨੂੰ ਅਸੀਂ ਇਸ ਪਰਿਮੇਯ ਸੰਖਿਆ ਨਾਲ ਲਿਖ ਸਕਦੇ ਹਾਂ ਯਾਨੀ ਕਿ 2/5 ਹੋ ਗਿਆ ਔਰ ਇਹ ਚੱਕਰ ਕਿੰਨੀ ਵਾਰ ਹੈ ਸੇਮ ਚੱਕਰ ਦੋ ਵਾਰ ਆਇਆ ਹੈ ਤੋਂ ਇਸ ਨੂੰ ਦੋ ਨਾਲ ਮਲਟੀਪਲਾਈ ਕਰ ਸਕਦੇ ਹਾਂ ਕਿਉਂਕਿ ਟੂ ਟਾਈਮਸ ਹੈ ਤੋਂ ਇਹ ਆਪਣਾ ਇਹਦਾ ਜਵਾਬ ਬਣ ਗਿਆ ਹੈ ਤੋਂ ਇਹ ਆਪਾਂ ਨੂੰ ਕਿੱਥੇ ਨਜ਼ਰ ਆ ਰਿਹਾ ਹੈ ਫਰਸਟ ਆਪਸ਼ਨ ਦੇ ਵਿੱਚ ਨਜ਼ਰ ਆ ਰਿਹਾ ਹੈ 2 2/5 2 ਗੁਣਾ 2/5 ਤੋਂ ਫਰਸਟ ਆਪਸ਼ਨ ਜਿਹੜੀ ਹੈ ਅਸੀਂ ਇੱਥੇ ਇਸ ਨੂੰ ਕਰੈਕਟ ਕਰਾਂਗੇ ਜਵਾਬ ਇਹਦਾ ਸਹੀ ਹੈ ਮੈਕ ਦਾ ਕੁਐਸਚਨ ਨੰਬਰ 8 ਪ੍ਰੋਬੈਬਿਲਿਟੀ ਦਾ ਇਹ ਸਵਾਲ ਹੈ ਇੱਥੇ ਲਿਖਿਆ ਹੈ ਇੱਕ ਸਿੱਕਾ ਇਹ ਜਾਣਨ ਲਈ ਉਛਾਲਿਆ ਜਾਂਦਾ ਹੈ ਕਿ ক্রিকেট ਮੈਚ ਵਿੱਚ ਬੈਟਿੰਗ ਪਹਿਲਾਂ ਕੌਣ ਕਰੇਗਾ ਕੀ ਸੰਭਾਵਨਾ ਹੈ ਯਾਨੀ ਕਿ ਪ੍ਰੋਬੈਬਿਲਿਟੀ ਹੈ ਕਿ ਤੁਹਾਡੀ ਟੀਮ ਪਹਿਲਾਂ ਬੈਟਿੰਗ ਕਰੇਗੀ ਜਦੋਂ ਅਸੀਂ ਸਿੱਕਾ ਉਛਾਲਦੇ ਹਾਂ ਤਾਂ ਸਾਨੂੰ ਪਤਾ ਹੈ ਜਾਂ ਹੈੱਡ ਆਏਗਾ ਜਾਂ ਫਿਰ ਟੇਲ ਆਏਗਾ ਹੁਣ ਸਪੋਜ਼ ਅਸੀਂ ਹੈੱਡ ਮੰਨਿਆ ਹੈ ਜਾਂ ਟੇਲ ਮੰਨ ਲਿਆ ਕੋਈ ਇੱਕ ਚੀਜ਼ ਮੰਨ ਅਸੀਂ ਸਪੋਜ਼ ਕਰ ਲਈਏ ਮੰਨ ਲਈ ਤੋ ਸਾਨੂੰ ਪਤਾ ਹੈ ਹੈਡ ਜਾਂ ਟੇਲ ਆਉਣ ਦੇ ਕਿੰਨੇ ਚਾਂਸ ਹੈ ਦੋ ਵਿੱਚੋਂ ਇੱਕ ਚਾਂਸ ਹੈ ਯਾਨੀ ਕਿ ਹਾਫ ਚਾਂਸ ਹੈ ਅੱਧਾ ਚਾਂਸ ਹੈ ਕਿ ਹੈਡ ਆਏ ਅੱਧਾ ਚਾਂਸ ਹੈ ਟੇਲ ਆਏ 50% ਚਾਂਸ ਹੈ ਤੋ ਇਹਦਾ ਮਤਲਬ ਫਰਸਟ ਆਪਸ਼ਨ ਜਿਹੜੀ ਹੈ ਆਪਣਾ ਕਰੈਕਟ ਜਵਾਬ ਹੈ ਤੋ ਫਰਸਟ ਆਪਸ਼ਨ ਉਸੀ ਤੇ ਟਿਕ ਕਰਨਾ ਹੈ ਨੈਕਸਟ ਆਪਣਾ ਕੋ ਆ ਗਿਆ ਕੁਐਸਚਨ ਨੰਬਰ 9 ਇਹਦੇ ਵਿੱਚ ਲਿਖਿਆ ਹੋਇਆ ਹੈ ਦਿੱਤਾ ਗਿਆ ਬਾਹ ਗ੍ਰਾਫ ਟੀਮ A ਅਤੇ ਟੀਮ B ਦੁਆਰਾ ਪਹਿਲੇ 4 ਓਵਰਾਂ ਵਿੱਚ ਬਣਾਈਆਂ ਦੋੜਾਂ ਨੂੰ ਦਰਸਾਉਂਦਾ ਹੈ ਪਤਾ ਕਰੋ ਕਿਸ ਓਵਰ ਵਿੱਚ ਟੀਮ A ਨੇ ਟੀਮ B ਨਾਲੋਂ ਵੱਧ ਦੋੜਾਂ ਬਣਾਈਆਂ ਠੀਕ ਹੈ ਤੋਂ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਗ੍ਰਾਫ ਨੂੰ ਥੋੜਾ ਧਿਆਨ ਨਾਲ ਦੇਖੀਏ ਜਦੋਂ ਗ੍ਰਾਫ ਨੂੰ ਧਿਆਨ ਨਾਲ ਦੇਖਦੇ ਆਂ ਤੋਂ ਇਹ ਚ ਨਜ਼ਰ ਆ ਰਿਹਾ ਹੈ ਕਿ ਟੀਮ A ਜਿਹੜੀ ਹੈ ਉਹਦਾ ਕਲਰ ਬਲੂ ਦਿੱਤਾ ਹੋਇਆ ਹੈ ਟੀਮ ਬੀ ਜਿਹੜੀ ਹੈ ਉਹਦਾ ਕਲਰ ਆਪਾਂ ਕੋ ਰੈੱਡ ਹੈ ਇਹ ਨੀਚੇ ਲਿਖਿਆ ਹੋਇਆ ਹੈ ਤਾਂ ਕਿਹੜਾ ਇੱਥੇ ਆਪਣਾ ਕੋ 4 ਓਵਰ ਹੈ ਓਵਰ 1 ਓਵਰ 2 ਓਵਰ 3 ਤੇ ਓਵਰ 4 4 ਓਵਰ ਕਰਾਏਗੇ ਤਾਂ ਕਿਹੜੇ ਓਵਰ ਵਿੱਚ ਜਿਹੜੀ ਟੀਮ A ਨੇ ਟੀਮ B ਨਾਲੋਂ ਜ਼ਿਆਦਾ ਸਕੋਰ ਮਾਰੇ ਉਹ ਆਪਾਂ ਨੂੰ ਨਜ਼ਰ ਆ ਰਿਹਾ ਹੈ ਦੂਜੀ ਓਵਰ ਵਿੱਚ ਕਿਉਂਕਿ ਇੱਥੇ ਜਿਹੜਾ ਟੀਮ A ਦਾ ਸਕੋਰ ਹੈ ਉਹ B ਨਾਲੋਂ ਜ਼ਿਆਦਾ ਹੈ ਨੀਲੀ ਲਾਈਨ ਲਾਲ ਨਾਲੋਂ ਵੱਡੀ ਹੈ ਤਾਂ ਇਹਦਾ ਮਤਲਬ ਆਪਣੇ ਕੋ ਓਵਰ टू जो है इतने सही जवाब है तो इसको देखने लिए आप ऑप्शन देखा ऑप्शन अपन को नज़र आ रही है ओवर वन ओवर टू थ्री एंड फोर तो सैकंड ऑप्शन जोड़ा है वह इतने आपूँ टिक करा जो सा करेक्ट जवाब है नैक्सट अपने को आ गया क्वेश्चन नंबर टेन एक अस... ਇੱਕ ਅਸੰਭਵ ਘਟਨਾ ਦੀ ਸੰਭਾਵਨਾ ਕੀ ਹੋਵੇਗੀ what is the probability of an impossible event ਜਿਹੜੀ ਉਹ ਘਟਨਾ ਜਿਹੜੀ ਕਦੇ ਸੰਭਵ ਨਹੀਂ ਹੋ ਸਕਦੀ ਪੋਸੀਬਲ ਨਹੀਂ ਹੋ ਸਕਦੀ ਉਹਦੀ ਪ੍ਰੋਬੈਬਿਲਟੀ ਹਮੇਸ਼ਾ ਹੀ 0 ਹੁੰਦੀ ਹੈ ਤੋਂ ਤੁਸੀਂ ਇੱਥੇ 0 ਨੂੰ ਟਿਕ ਕਰਨਾ ਹੈ ਨੈਕਸਟ ਆਪਣੇ ਕੋ ਆ ਗਏ ਹੁਣ 10 ਕੁਐਸਚਨ ਕਰਨ ਤੋਂ ਬਾਅਦ ਪੰਜ ਆਪਣਾ ਕੋ ਨੈਕਸਟ ਹੈ ਖਾਲਿਸਤਾਨ ਖਾਲਿਸਤਾਨ ਦਾ ਨਿਆ ਫਿਲਿੰਗ ਦਾ ਬਲੈਕ 11ਵੇਂ ਨੰਬਰ ਤੇ ਆਪਾਂ ਨੂੰ ਨਜ਼ਰ ਆ ਰਿਹਾ ਹੈ 1/7 1/7 1/7 1/7 1/7 ਕਿੰਨੀ ਵਾਰ ਲਿਖਿਆ ਹੋਇਆ ਹੈ ਚਾਰ ਵਾਰ ਲਿਖਿਆ ਹੋਇਆ ਹੈ ਤਾਂ ਚਾਰ ਵਾਰ ਇਸ ਨੂੰ ਐਡ ਕਰਨ ਦੀ ਜਗ੍ਹਾ ਤੇ ਅਸੀਂ 4 ਟਾਈਮ ਇਸ ਨੂੰ ਮਲਟੀਪਲਾਈ ਵੀ ਕਰ ਸਕਦੇ ਹਾਂ ਅਗਰ 1/7 ਲਿਖ ਕੇ ਅਸੀਂ 4 ਨਾਲ ਮਲਟੀਪਲਾਈ ਕਰ ਦਿੰਦੇ ਹਾਂ ਤਾਂ ਦੋਨਾਂ ਦਾ ਜਵਾਬ ਸੇਮ ਆਏਗਾ ਤਾਂ ਇਹ ਕੁਐਸਚਨ ਨੰਬਰ 12 ਇਹਦੇ ਵਿੱਚ ਲਿਖਿਆ ਹੈ ਡੈਸ਼ ਦੀ ਤੁਲ ਪਿੰਨ 9/15 ਹੈ 9/15 ਇਸ ਐ ਇਕੁਇਵੈਲੈਂਟ ਫ੍ਰੈਕਸ਼ਨ ਆਫ ਡੈਸ਼ 9/15 ਦੀ ਤੁਲ ਇਹ ਤੁਲ ਪਿੰਨ ਹੈ ਕਿਸ ਦੀ ਬਣੇਗੀ ਤਾਂ ਇਹ ਜਾਣਨ ਜਾਣਨ ਦੇ ਲਈ ਅਸੀਂ ਇਸ ਨੂੰ ਕੀ ਕਰਾਂਗੇ ਸਿੰਪਲੀਫਾਈ ਕਰ ਸਕਦੇ ਹਾਂ ਤਾਂ ਕਿਹੜਾ ਪਹਾੜਾ ਹੈ ਜਿਹਦੇ ਵਿੱਚ 9 ਵੀ ਆਉਂਦਾ ਹੈ ਔਰ 15 ਵੀ ਆਉਂਦਾ ਹੈ ਉਹ ਹੈ 3 ਦਾ ਪਹਾੜਾ ਤਾਂ 3 ਦਾ ਪਹਾੜਾ ਪੜਲਨੇ ਆ ਦੋਨਾਂ ਨੂੰ ਕੱਟ ਲੈਣੇ ਆ 3 3 9 3 ਪਾਜੇ 15 ਤੋ ਇਹ ਬਣ ਗਿਆ 3/5 ਤੋ 3/5 ਜਿਹੜਾ ਹੈ ਉਹ ਸਾਡਾ ਕਰੈਕਟ ਜਵਾਬ ਹੈ 3/5 ਆਪਨ ਨੂੰ 3rd ਆਪਸ਼ਨ ਦੇ ਵਿੱਚ ਨਜ਼ਰ ਆ ਰਿਹਾ ਹੈ ਤੋ ਅਸੀਂ ਇਸ ਨੂੰ ਟਿਕ ਕਰਨਾ ਹੈ ਤੋ 3/5 ਜਿਹੜਾ ਹੁੰਦਾ ਹੈ ਅਗਰ ਅਸੀਂ ਇਸ ਦੀ ਤੁਲ ਪਿੰਨ ਪਤਾ ਕਰਨੀ ਹੋਣ ਤੋ ਕੀ ਕਰਨਾ ਹੁੰਦਾ ਹੈ ਅਸੀਂ 3 ਦਾ ਪਹਾੜਾ ਪੜਨਾ ਹੁੰਦਾ 3 ਦਾ ਟੇਬਲ ਪੜਨਾ ਹੈ 3 ਦਾ ਪੜਾ ਪੜੋ 3 ਦੋਨੇ 6 3 ਤੀਆਂ 9 3 ਚੋਕੇ 12 ਇਸੇ ਤਰ੍ਹਾਂ ਨੀਚੇ आ जाएगा अपने को बटा नीचे लिखा है पा भाटा पढ़िए दस पं तीया पंद्रह का बी तो यह सारिया तोल पिन्ना है तो अभी नौ बटा पंद्रह की तोल पिन जी सी ओ पता की है कि बनी सी तीन बटा पं तो बनी सी तो तीन बटा पां जो है अपना करैक्ट जवाब है तो असी इस टिक करा नैक्सट है अपने क्वेश्चन तो नंबर थर्टीन ये लिखा है 2.7 10 ਕਿੰਨਾ ਹੋਏਗਾ ਦੇਖੋ 2.7 ਨੂੰ ਜਦੋਂ 10 ਨਾਲ ਗੁਣਾ ਕਰਨਾ ਹੁੰਦਾ ਹੈ ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ 27 10 ਜਦੋਂ ਅਸੀਂ ਇਸ ਦਸ਼ਮਲਵ ਨੂੰ ਹਟਾਉਂਦੇ ਹਾਂ ਡੈਸੀਮਲ ਨੂੰ ਹਟਾਉਂਦੇ ਹਾਂ ਡੈਸੀਮਲ ਤੋਂ ਬਾਅਦ ਜਿੰਨੇ ਡਿਜੀਟ ਲੱਗੇ ਹੁੰਦੇ ਆ ਜਿੰਨੇ ਅੱਖਰ ਹੁੰਦੇ ਆ ਨੀਚੇ ਉੰਨੇ ਜ਼ੀਰੋ ਆ ਜਾਂਦੀਆਂ ਤਾਂ ਅਸੀਂ ਡੈਸੀਮਲ ਨੂੰ ਹਟਾਤਾ 27 ਬਣ ਗਿਆ ਇਹ ਤਾਂ ਨੀਚੇ ਆ ਗਿਆ ਆਪਣੇ ਕੋਲ ਇੱਕ ਜ਼ੀਰੋ ਯਾਨੀ 10 ਆ ਗਿਆ ਤਾਂ ਨਾਲ ਕੀ ਸੀ 10 ਏ 10 ਨਾਲ 10 ਕੈਨਸਲ ਹੋ ਗਏ ਤਾਂ ਬਚੇ ਆਪਣੇ ਕੋਲ 27 ਤੋਂ 27 ਜਿਹੜਾ ਹੈ கரੈਕਟ ਜਵਾਬ ਆ ਗਿਆ ਦੂਸਰਾ ਤਰੀਕਾ ਇਹ ਹੈ ਕਿ ਤੁਸੀਂ 2.7 ਨੂੰ 10 ਨਾਲ ਸਿੱਧੇ ਗੁਣਾ ਵੀ ਕਰ ਸਕਦੇ ਹੋ ਤਾਂ ਵੀ ਤੁਹਾਡਾ ਜਵਾਬ 27 ਹੀ ਆਏਗਾ ਤੋਂ ਫਸਟ ਆਪਸ਼ਨ ਜਿਹੜਾ ਹੈ ਆਪਾਂ ਇਸ ਨੂੰ ਟਿਕ ਕਰਨਾ ਹੈ ਨੈਕਸਟ ਆਪਣੇ ਕੋਲ ਆ ਗਿਆ 14ਵਾਂ ਸਵਾਲ ਇਹਦੇ ਵਿੱਚ ਲਿਖਿਆ ਹੈ ਸਭ ਤੋਂ ਵੱਡੀ ਰਿਨਾਤਮਕ ਸੰਪੂਰਨ ਸੰਖਿਆ ਡੈਸ਼ ਹੈ ਸਭ ਤੋਂ ਵੱਡੀ ਹੁਣ ਇਹਦਾ ਕਰੈਕਟ ਜਵਾਬ ਤਾਂ -1 ਹੈ ਠੀਕ ਹੈ ਹੋ ਸਕਦਾ ਹੈ ਤੁਸੀਂ ਪੇਪਰ 'ਚ -1 ਲਿਖਿਆ ਹੋਵੇ ਜਾਂ ਇਹਦੀ ਆਪਸ਼ਨ ਲਿਖਿਆ ਹੋਵੇ ਪਤਾ ਨਹੀਂ ਕਿ ਪਤਾ ਨਹੀਂ ਕਿੱਥਾ ਜਾ ਸਕਦਾ ਪਰ ਇਹਦੀ ਸਹੀ ਜਿਹੜੀ ਕਰੈਕਟ ਆਪਸ਼ਨ ਹੈ ਉਹ ਹੈ -1 ਤੋਂ ਅਸੀਂ ਇੱਥੇ ਇਸ ਨੂੰ ਟਿਕ ਕਰਾਂਗੇ ਪਰ ਹੁਣ ਇੱਥੇ ਸਮਝਣ ਦੀ ਲੋੜ ਹੈ ਕਿਉਂ ਹੈ ਤੋਂ ਅਸੀਂ ਪੜ ਕੇ ਆਏ ਹਾਂ ਸੰਖਿਆ ਰੇਖਾ ਬਾਰੇ ਸਾਨੂੰ ਪਤਾ ਹੈ ਇਹ ਹੈ ਇੱਕ ਸੰਖਿਆ ਰੇਖਾ ਦੇ ਵਿੱਚ 0 ਹੁੰਦਾ ਹੈ ਇੱਧਰ ਪੋਜ਼ਿਟਿਵ ਸੰਖਿਆਵਾਂ ਹੁੰਦੀਆਂ ਇੱਧਰ ਨੈਗੇਟਿਵ ਸੰਖਿਆਵਾਂ ਹੁੰਦੀਆਂ ਤੋਂ ਆਓ 2 ਮਿੰਟ ਮਿੰਟ ਦੇ ਲਈ ਆਪਾਂ ਇਹਨੂੰ ਸਮਝਦੇ ਹਾਂ ਤੋਂ ਸਭ ਤੋਂ ਪਹਿਲਾਂ ਕੀ ਕਰਾਂਗੇ ਅਸੀਂ ਇੱਕ ਇਸ ਨੂੰ ਇੱਕ ਸੰਖਿਆ ਰੇਖਾ ਲੈਂਦੇ ਹਾਂ ਤੋਂ ਮੈਂ ਸੰਖਿਆ ਰੇਖਾ نیچے ਨੂੰ ਲੈ ਲਾਂ ਤਾਂ ਕਿ ਸਾਡਾ ਸਵਾਲ ਸਮਝਣਾ ਥੋੜਾ ਆਸਾਨ ਹੋ ਜਾਏ ਤੋਂ ਇੱਕ ਸੰਖਿਆ ਰੇਖਾ ਲੈ ਲਈ ਮੈਂ ਗੱਬੇ ਮੈਂ ਲੈ ਲਿਆ ਜ਼ੀਰੋ ਹੁਣ ਉੱਪਰ ਲੈ ਲਈ ਮੈਂ ਪੋਜ਼ਿਟਿਵ ਸੰਖਿਆਵਾਂ ਲੈ ਲਈਆਂ पॉजिटिव संपूर्ण संख्याव जिमें आ गया वन टू थ्री फोर फाइव सिक्स तो ये चल ही जाएगा इसी तरह नीचे की आ गया अपने को माइनस तो एक माइनस दो माइनस तीन माइनस चार माइनस पाँच पां चल जाएगा अगे तो अभी हूँ सू पता है एक सब तो छोटी संख्या है उपर उस तो वो दो है उस वीड्डी तो तीन है जिमें जिमें उपर जा रहे हैं संख्यावान्डिया हो रही है तो दे उलट जिमें जिमें असी जिमे नीचे जा रहे हैं संख्याव जड़िया छोटिया हो रही छोटिया ठीक है तो य मतलब सब तो बड़ी संख्या माइनस वाली नैगेटिव माइनस वाली संख्या सब तो बड़ी है, वो है माइनस वन इस तो छोटी है माइनस दो माइनस दो छोटी कि माइनस तीन जिमें जिमें असी नीची नए आई जा रहे हैं उस छोटी संख्याव छोटिया हो रही तो माइनस तीन तो छोटा कौन है माइनस चार माइनस चार तो छोटा कौन है माइनस पं तो इस तरह आप नीचे जाइ आ रहे हैं अगर सूँ पूछा होंगे कि सब तो छोटी ऋणात्मक संख्या जड़ी है फिर असी कहना सी कि पता नहीं इसी पता नहीं कर सकते लेकिन हम सब तो व्डी सब तो वीडी जी रिन, नैगेटिव ऋणात्मक संख्या है वह है माइनस वन तो उम्मीद है कि सारे ये समझ लग गया कि क्यों माइनस वन है तो असी इत माइनस वन टिक करना है ਤੋ ਇਹਦੇ ਨਾਲ ਆਪਣਾ 14ਵਾਂ ਸਵਾਲ ਕੰਪਲੀਟ ਹੋ ਗਿਆ ਹੈ ਲਾਸਟ ਖਾਲਿਸਤਾਨ ਹੈ ਆਪਣੇ ਕੋ 15ਵਾਂ ਇਹਦੇ ਵਿੱਚ ਆਪਾਂ ਨੂੰ ਪਰਮੇਯ ਸੰਖਿਆਵਾਂ ਦੀ ਫ੍ਰੈਕਸ਼ਨ ਦਿੱਤੀ ਹੋਈ ਹੈ 5/7 ਤਕਸੀਮ 5/7 ਪਹਿਲਾਂ ਵੀ ਇੱਕ ਸਵਾਲ ਇਦਾਂ ਦਾ ਕਰਕੇ ਆਏ ਆ 5/7 ਲਿਖ ਲਿਆ ਤਕਸੀਮ ਦੀ ਜਗ੍ਹਾ ਤੇ ਆਪਾਂ ਨੂੰ ਪਤਾ ਹੈ ਕੀ ਲਿਖਦੇ ਹੁੰਦੇ ਆਪਾਂ ਗੁਣਾ ਦਾ ਨਿਸ਼ਾਨ ਪਾ ਲੈਂਦੇ ਆ ਜਦੋਂ ਗੁਣਾ ਦਾ ਨਿਸ਼ਾਨ ਪਾਉਣਾ ਹੈ ਤੋ ਨੈਕਸਟ ਜਿਹੜੀ ਸੰਖਿਆ ਹੈ ਅਸੀਂ ਉਸਨੂੰ ਉਲਟਾ ਕਰ ਦੇਣਾ ਹੈ ਤੋ ਇਹ ਬਣ ਗਈ 7/5 ਹੁਣ 5/7 ਨੂੰ ਗੁਣਾ 7/5 ਬਣ ਗਿਆ 5 ਨਾਲ 5 ਕੈਨਸਲ ਹੋ ਗਿਆ 7 ਨਾਲ 7 ਕੈਨਸਲ ਹੋ ਗਿਆ ਤੋਂ ਬਾਕੀ ਬਚੇ ਆਪਣੇ ਕੋਲ 1 ਤੋਂ ਇਹਦਾ ਮਤਲਬ ਇਥੇ 1 ਜਿਹੜਾ ਹੈ ਉਹ ਆਪਣੇ ਕੋਲ கரੈਕਟ ਆਪਸ਼ਨ ਆ ਤਾਂ ਅਸੀਂ ਇਥੇ 1 ਭਰਨਾ ਹੈ ਤੋਂ 1 ਨੂੰ ਸੀ ਟਿਕ ਕਰਨਾ ਹੈ ਇਹਦੇ ਨਾਲ ਆਪਣੇ ਖਾਲਿਸਤਾਨ ਖਤਮ ਹੋ ਗਿਆ ਹੈ ਨੈਕਸਟ ਆਪਣੇ ਕੋਲ ਸ਼ੁਰੂ ਹੋ ਗਿਆ ਟਰੂ ਐਂਡ ਫਾਲਸ 16ਵਾਂ ਤੁਹਾਨੂੰ ਨਜ਼ਰ ਆ ਰਿਹਾ ਹੈ ਇਹਦੇ ਚ ਲਿਖਿਆ ਹੈ ਇੱਕ ਸਿੱਕੇ ਨੂੰ ਉਛਾਲਨ ਤੇ ਚਿੱਤ ਜਾਂ ਪਟ ਆਉਣ ਦੀ ਸਭਾਵਨਾ ਸਮਾਨ ਹੁੰਦੀ ਹੈ ਜਾਨਕੀ ਹੈਡ ਔਨ ਦੀ ਜਾਂ ਔਰ ਟੇਲ ਹੈਡ ਜਾਂ ਟੇਲ ਔਨ ਦੀ ਜਿਹੜੀ ਸੁਭਾਵਨਾ ਹੋ ਸਮਾਨ ਹੁੰਦੀ ਹੈ ਬਿਲਕੁਲ ਸਹੀ ਕਹਿ ਰਿਹਾ ਹੈ ਵੀ 50% ਚਾਂਸ ਹੁੰਦੇ ਆ ਕਿ ਹੈਡ ਆ ਜਾਏ 50% ਚਾਂਸ ਹੁੰਦੇ ਆ ਕਿ ਟੇਲ ਆ ਜਾਏ ਤੋਂ ਇੱਥੇ ਇੱਕ ਜਿਹੜੀ ਆਪਸ਼ਨ ਹੈ ਬਿਲਕੁਲ ਸਹੀ ਹੈ ਤੋਂ ਸਹੀ ਨੋਸੀ ਪਿਕ ਕਰਨਾ ਹੈ ਨੈਕਸ ਆਪਣੇ ਕੋ ਆ ਗਿਆ 17ਵਾਂ ਸਵਾਲ ਲਿਖਿਆ ਹੈ ਦੋ ਸੰਪੂਰਨ ਸੰਖਿਆਵਾਂ ਨੂੰ ਭਾਗ ਕਰਨ ਤੇ ਹਮੇਸ਼ਾ ਇੱਕ ਸੰਪੂਰਨ ਸੰਖਿਆ ਪ੍ਰਾਪਤ ਹੁੰਦੀ ਹੈ ਤੋਂ ਇਹਨੂੰ ਦੇਖਣ ਦੇ ਲਈ ਸਪੋਜ ਮੈਂ ਉਦਾਹਰਣ ਲੈ ਲਵਾਂ ਮੰਨ ਲਓ ਆਪਣੇ ਕੋਲ ਇੱਕ ਸੰਪੂਰਨ ਸੰਖਿਆ 3 ਹੈ ਇੱਕ ਹੈ 4 ਹੈ ਹੁਣ ਦੋਨੇ ਸੰਪੂਰਨ ਸੰਖਿਆਵਾਂ ਹਨ ਜੇਕਰ ਮੈਂ 3 ਨੂੰ 4 ਨਾਲ ਭਾਗ ਕਰਦਾ ਹੈ ਤਾਂ 3 ਨੂੰ 4 ਨੂੰ ਅਸੀਂ ਭਾਗ ਨਹੀਂ ਕਰ ਸਕਦੇ ਇਹ ਇੱਕ ਸੰਪੂਰਨ ਸੰਖਿਆ ਨਹੀਂ ਬਣੀ ਇਹ ਕਿਹੜੀ ਸੰਖਿਆ ਬਣ ਗਈ ਹੈ ਇਹ ਹੈ ਪਰਿਮੇਯ ਸੰਖਿਆ ਇਹ ਪਰਿਮੇਯ ਸੰਖਿਆ ਬਣ ਗਈ ਤਾਂ ਇਹਦਾ ਮਤਲਬ ਜਦੋਂ ਸੰਪੂਰਨ ਸੰਖਿਆ ਨੂੰ ਸੰਪੂਰਨ ਸੰਖਿਆ ਨਾਲ ਭਾਗ ਕਰਦੇ ਹਾਂ ਤੋ ਤੋ ਜ਼ਰੂਰੀ ਨਹੀਂ ਕਿ ਉਹ ਪੂਰਨ ਸੰਖਿਆ ਬਣੇ ਉਹ ਪਰਿਮੇਸ਼ ਸੰਖਿਆ ਬਣ ਸਕਦੀ ਹੈ। ਤੋ ਇੱਥੇ ਜਿਹੜਾ ਟਰੂ ਨਹੀਂ ਆਏਗਾ ਇੱਥੇ ਫਾਲਸ ਤੇ ਅਸੀਂ ਟਿਕ ਕਰਨਾ ਹੈ। ਤੋ ਇਹਦਾ ਮਤਲਬ ਸੈਕਿੰਡ ਆਪਸ਼ਨ ਜਿਹੜੀ ਹੈ ਫਾਲਸ ਗਲਤ ਹੈ ਇਹ। ਇਸ ਨੂੰ ਟਿਕ ਕਰਾਂਗੇ। ਸਵਾਲ ਨੰਬਰ 18ਵਾਂ ਇੱਥੇ ਲਿਖਿਆ ਹੈ ਸਭ ਤੋਂ ਛੋਟੀ ਪੂਰਨ ਸੰਖਿਆ 1 ਹੈ। ਤੋ ਸਾਨੂੰ ਸਭ ਨੂੰ ਪਤਾ ਹੈ ਪੜ੍ਹ ਕੇ ਆ ਛੇਵੀਂ ਕਲਾਸ ਵਿੱਚ ਵੀ ਸਭ ਤੋਂ ਛੋਟੀ ਪੂਰਨ ਸੰਖਿਆ ਕਿਹੜੀ ਹੁੰਦੀ ਹੈ ਜ਼ੀਰੋ ਹੁੰਦੀ ਹੈ। 1 ਨਹੀਂ ਹੁੰਦੀ। ਇੱਕ ਕੀ ਹੁੰਦੀ ਹੈ ਸਭ ਤੋਂ ਛੋਟੀ ਨੈਚੁਰਲ ਨੰਬਰ ਹੈ ਹੋਲ ਨੰਬਰ ਨਹੀਂ ਹੈ ਨੈਚੁਰਲ ਨੰਬਰ ਹੈ ਤਾਂ ਸਭ ਤੋਂ ਛੋਟਾ ਹੋਲ ਨੰਬਰ 0 ਹੁੰਦਾ ਹੈ ਤਾਂ ਇਹ ਸਟੇਟਮੈਂਟ ਗਲਤ ਹੈ ਤਾਂ ਸਹੀ ਇਸ ਤੇ ਗਲਤ ਨੂੰ ਟਿਕ ਕਰਨਾ ਹੈ ਕੁਐਸਚਨ ਨੰਬਰ 19 ਇਹਦੇ ਵਿੱਚ ਵੀ ਆਪਣਾ ਕੋਲ ਮਲਟੀਪਲੀਕੇਸ਼ਨ ਦਾ ਸਵਾਲ ਆ ਗਿਆ ਹੈ -6 ਨੂੰ ਗੁਣਾ ਕਰੋ -5 ਨਾਲ ਗੁਣਾ ਕਰੋ 0 ਨਾਲ ਤਾਂ ਤਿੰਨਾਂ ਨੂੰ ਗੁਣਾ ਕਰਨ ਤੋਂ ਬਾਅਦ ਸਾਨੂੰ -30 ਪ੍ਰਾਪਤ ਹੋ ਰਿਹਾ ਹੈ ਕਿ ਇਹ ਠੀਕ ਹੈ ਨਹੀਂ ਇੱਕ ਠੀਕ ਨਹੀਂ ਹੈ ਕਿਉਂਕਿ ਜਦੋਂ ਕਿਸੇ ਨੂੰ ਅਸੀਂ ਜ਼ੀਰੋ ਦੇ ਨਾਲ ਗੁਣਾ ਕਰਦੇ ਹਾਂ ਠੀਕ ਹੈ ਤਾਂ ਉਹ ਚੀਜ਼ ਹਮੇਸ਼ਾ ਹੀ ਜ਼ੀਰੋ ਹੋ ਜਾਂਦੀ ਹੈ 6 5 ਨੂੰ ਕਰਾਂਗੇ 30 ਆ ਗਿਆ 30 ਨੂੰ ਜ਼ੀਰੋ ਨਾਲ ਗੁਣਾ ਕੀਤਾ ਜ਼ੀਰੋ ਹੀ ਆ ਗਿਆ ਤਾਂ ਇਹ ਸਟੇਟਮੈਂਟ ਗਲਤ ਹੈ ਤਾਂ ਅਸੀਂ ਇੱਥੇ ਗਲਤ ਨੂੰ ਟਿਕ ਕਰਨਾ ਹੈ ਤਾਂ ਇਹਦੇ ਨਾਲ ਸਾਡਾ ਪਹਿਲੇ ਭਾਗ ਦਾ ਲਾਸਟ ਕੁਸ਼ਚਨ ਆ ਗਿਆ ਤਾਂ ਇਹਦੇ ਵਿੱਚ ਕੀ ਲਿਖਿਆ ਹੈ 3/4 2/3 ਦੂਜੇ ਪਾਸੇ ਲਿਖਿਆ ਹੈ 2/3 3/5 ਹੁਣ ਸਿਰਫ ਅਦਲਾ ਬਦਲੀ ਕੀਤੀ ਹੋਈ ਹੈ 3/4 ਇੱਥੇ ਅੱਗੇ ਹੈ ਇੱਥੇ ਪਿੱਛੇ ਚਲਾ ਗਿਆ 2/3 ਪਿੱਛੇ ਸੀ ਅੱਗੇ ਚਲਾ ਗਿਆ ਲੇਕਿਨ ਜਦੋਂ ਗੁਣਾ ਕਰਾਂਗੇ ਤਾਂ ਦੇਖੋ 3 ਨੂੰ 2 ਨਾਲ ਬਣਾ ਕੀਤਾ 3*2 6 4*3 12 ਇਹ 6/12 ਬਣ ਗਿਆ ਇਹਨਾਂ ਨੂੰ ਗੁਣਾ ਕਰੋ ਇਹ ਕਿੰਨਾ ਬਣਿਆ 2*3 6 4*3 12 ਇਹਦਾ ਜਵਾਬ ਵੀ 6/12 ਆ ਰਿਹਾ ਹੈ ਇਹਦਾ ਵੀ 6/12 ਆ ਰਿਹਾ ਹੈ ਤਾਂ ਇਹ ਦੋਨੇ ਬਰਾਬਰ ਹਨ ਤਾਂ ਇਹ ਸਟੇਟਮੈਂਟ ਬਿਲਕੁਲ ਟਰੂ ਹੈ ਤੋਂ ਅਸੀਂ ਇੱਥੇ ਟਰੂ ਨੂੰ ਸਹੀ ਨੂੰ टिक ਕਰਨਾ ਹੈ ਸਹੀ ਨੂੰ ਟਿਕ ਕਰਨ ਤੋਂ ਬਾਅਦ ਨੈਕਸਟ ਦੀ ਆਪਨ ਨੂੰ ਨਜ਼ਰ ਆ ਰਹੀ ਹੈ ਅਸੀਂ ਇੱਥੇ ਨੈਕਸਟ ਦੀ ਆਪਸ਼ਨ ਤੇ ਟਿਕ ਕਰਾਂਗੇ ਤੋਂ ਅਸੀਂ ਨੈਕਸਟ ਪੇਜ ਤੇ ਪਹੁੰਚ ਜਾਵਾਂਗੇ ਅਸੀਂ ਪਹੁੰਚ ਗਏ ਨੈਕਸਟ ਪੇਜ ਤੇ ਇੱਥੇ ਨਜ਼ਰ ਆ ਰਿਹਾ ਹੈ ਲਿਖਿਆ ਹੈ ਭਾਗ ਅੜਾ ਸੈਕਸ਼ਨ ਨੰਬਰ ਬੀ ਤੋਂ ਇਸ ਇਹਦੇ ਵਿੱਚ ਆਪਨ ਕੋ ਟੋਟਲ 10 ਸਵਾਲ ਹੈ ਔਰ ਹਰੇਕ ਸਵਾਲ ਦੇ 2-2 ਅੰਕ ਹਨ ਪਹਿਲੇ 20 ਸਵਾਲ ਜਿਹੜੇ ਸੀ ਉਹ ਕਿੰਨੇ ਨੰਬਰ ਦੇ ਸੀ 1-1 ਨੰਬਰ ਦੇ ਸੀ ਤਾਂ ਕਿ ਪਹਿਲਾ ਸੈਕਸ਼ਨ 20 ਨੰਬਰ ਦਾ ਹੈ ਹੁਣ 10 ਸਵਾਲ ਹੈ ਇਹ 2-2 ਨੰਬਰ ਦੇ ਹਨ ਤਾਂ ਟੋਟਲ ਇਹ ਵੀ ਬੀ ਨੰਬਰ ਹੋ ਗਏ ਤਾਂ ਕੁੱਲ ਮਿਲਾ ਕੇ ਜਿਹੜਾ ਪੇਪਰ ਹੈ 40 ਅੰਕਾਂ ਦਾ ਹੈ ਤਾਂ ਸਵਾਲ ਨੰਬਰ 21 ਮਾਰ ਆਪਣਾ ਨਜ਼ਰ ਆ ਰਿਹਾ ਹੈ ਇਹਦੇ ਵਿੱਚ ਲਿਖਿਆ ਹੈ ਮੁੱਲ ਪਤਾ ਕਰੋ ਫਾਈਂਡ ਦਾ ਵੈਲਿਊ ਤਾਂ ਵੈਲਿਊ ਪਤਾ ਕਰਨੀ ਹੈ ਆਪਾਨੂੰ ਸਟੇਟਮੈਂਟ ਦਿੱਤੀ ਹੋਈ ਹੈ 125 ਤਕਸੀਮ ਅਗੇ ਬ੍ਰੈਕਟ ਲੱਗੀ ਹੋਈ ਹੈ ਬ੍ਰੈਕਟ ਦੇ ਅੰਦਰ ਕੀ ਲਿਖਿਆ ਹੋਇਆ ਹੈ 5 ਨੂੰ ਤਕਸੀਮ ਕੀਤਾ ਹੈ ਮਾਈਨਸ 1 ਨਾਲ ਤਾਂ ਪਹਿਲਾਂ ਅਸੀਂ 5 ਨੂੰ ਮਾਈਨਸ 1 ਨਾਲ ਤਕਸੀਮ ਇਹਨੂੰ ਸੋਲਵ ਕਰਾਂਗੇ ਇਸ ਬ੍ਰੈਕਟ ਨੂੰ ਸੋਲਵ ਕਰਾਂਗੇ ਤਾਂ ਇਹ ਬਣ ਗਿਆ ਆਪਣੇ ਕੋਲ 125 ਉਸੇ ਤਰ੍ਹਾਂ ਰਹਿ ਗਿਆ ਆਪਣੇ ਕੋਲ ਤਕਸੀਮ ਪਹਿਲਾਂ ਅਸੀਂ ਇਸ ਨੂੰ ਸੋਲਵ ਕਰਨਾ ਹੈ 5 ਨੂੰ 1 ਨਾਲ ਤਕਸੀਮ ਕਰੀਏ ਤਾਂ 5 ਹੀ ਹੁੰਦਾ ਹੈ ਪਰ ਨਾਲ ਮਾਈਨਸ ਵੀ ਆ ਜਾਏਗੀ ਤਾਂ ਇਹ ਬਣ ਗਿਆ ਆਪਣੇ ਕੋਲ 125 ਨੂੰ ਹੁਣ 5 ਨਾਲ تقسیم ਕਰਨਾ ਹੈ 125 ਨੂੰ 5 ਨਾਲ تقسیم करिए तो ਕਿੰਨਾ ਬਣਦਾ ਹੈ 5 2 10 तो 2 बच गया उत तो अपन उतार लिया 5 तो ये बन गया 5 5 25 ਕਿੰਨਾ ਮਤਲਬ 25 ਆਪਣੇ ਕੋਲ ਜਵਾਬ ਆ ਗਿਆ ਪਰ ਨਾਲ ਕਿਉਂਕਿ ਮਾਈਨਸ ਵੀ ਲੱਗੀ ਹੋਈ ਹੈ ਇਹ ਲਈ तो ਇਹ ਮਾਈਨਸ نیچے ਇਸੇ ਤਰ੍ਹਾਂ ਆ ਜਾਏਗੀ तो ਇੱਥੇ ਆਪਣਾ ਜਵਾਬ ਜਿਹੜਾ ਹੈ ਉਹ -25 ਆਏਗਾ तो -25 ਜਿਹੜਾ ਹੈ ਆਪਾਂ ਨੂੰ ਆਪਸ਼ਨ ਨੰਬਰ 2 ਵਿੱਚ ਨਜ਼ਰ ਆ ਰਿਹਾ ਹੈ तो असि इस सेकंड ऑप्शन नो इथे टिक करना है नेक्स्ट क्वेश्चन नंबर 22 लिखया है हल करो है? 3 4 16 ਦਾ 3/4 ਕੀ ਹੁੰਦਾ ਹੈ ਯਾਨੀ ਕਿ ਸੋਲਵ 3/4 ਆਫ 16 ਦਾ ਦਾ ਮਤਲਬ ਕੀ ਹੁੰਦਾ ਹੈ ਗੁਣਾ ਹੁੰਦਾ ਹੈ तो ਉਸੇ ਕੀ ਕਰਾਂਗੇ 16 3/4 तो ਇਹ ਬਣ ਗਿਆ ਆਪਣਾ ਕੋ 4 1 4 4 4 16 16 ਨੂੰ 4 ਨਾਲ ਕੈਨਸਲ ਕਰ ਦਿੱਤਾ ਕੱਟ ਦਿੱਤਾ ਤਾਂ ਬਚਿਆ ਆਪਣੇ ਕੋ 4 3 ਉੱਪਰ ਪੰਨੇ ਕੋ ਬਚਿਆ 4 3 ਤੇ 3 ਚੋਕੀ ਕਿੰਨਾ ਹੁੰਦਾ ਹੈ 12 ਤੇ ਇਹ ਇਹਦਾ ਮਤਲਬ ਇਹਦਾ ਜਵਾਬ ਆ ਗਿਆ ਆਪਣੇ ਕੋ 12 ਜਿਹੜਾ ਕਿ ਆਪਸ਼ਨ ਨੰਬਰ 2nd ਦੇ ਵਿੱਚ ਨਜ਼ਰ ਆ ਰਿਹਾ ਹੈ ਤੋਂ ਸਹੀ 2nd ਆਪਸ਼ਨ ਨੂੰ ਇੱਥੇ ਟਿਕ ਕਰਨਾ ਹੈ ਨੈਕਸਟ ਆਪਣੇ ਕੋ ਕੁਸ਼ਣ ਨੰਬਰ 23 ਤਈ ਮਾ ਕੁਸ਼ਣ ਹੈ ਇਹਦੇ ਵਿੱਚ ਕੀ ਲਿਖਿਆ ਹੈ ਪਿੰਨਾ ਨੂੰ ਗੁਣਾ ਕਰਕੇ ਨਿਯਮਤਮ ਰੂਪ ਵਿੱਚ ਲਿਖੋ ਕਿ ਨਾ ਪਹਿਲਾ ਮਲਟੀਪਲਾਈ ਦਾ ਫੋਲੋਇੰਗ ਇਹਨਾਂ ਨੂੰ ਗੁਣਾ ਕਰੋ ਜਦੋਂ ਇਹਨੂੰ ਗੁਣਾ ਕਰ ਲਿਆ ਉਸ ਤੋਂ ਬਾਅਦ ਰਿਡਿਊਸ ਟੂ ਇਟਸ ਸਿੰਪਲੈਸਟ ਫਾਰਮ ਇਹਨੂੰ ਸਿੰਪਲੈਸਟ ਫਾਰਮ ਵਿੱਚ ਰਿਡਿਊਸ ਕਰਨਾ ਹੈ ਹੁਣ 1/3 15/8 ਲਿਖਿਆ ਹੈ ਤਾਂ 15 1 15 ਨੂੰ 1 ਨਾਲ ਗੁਣਾ ਕਰਨਾ ਹੈ ਆਂਚ ਨੂੰ ਆਂਚ ਨਾਲ ਗੁਣਾ ਕਰਨਾ ਹੈ ਹਰ ਨੂੰ ਹਰ ਨਾਲ ਗੁਣਾ ਕਰਨਾ ਹੈ ਤਾਂ 15 15 ਹੁੰਦਾ ਹੈ ਉਹ نیچے ਕਿੰਨਾ ਆ ਗਿਆ 8 3 24 यह बन गया पंद्रह बटा चौबी। हूँ कि टेबल है जिदे पंद्रह भी आँगा है चौबी भी आता है सूँ पता है तीन का भाड़ा है तो तीन के भाड़े पंद्रह भी आता है और चौबी भी आता है तो भाड़ा पढ़ते हैं तीन का भाड़ा तीन पाँच पंद्रह तो एक कट गया पंजे तो तीन का भाड़ा पढ़िए किन्ने तीन अठ चौबी अठुत्ती चौबीस होंगे है तो तीन का भाड़ा अभी पढ़िया तो दो कट गए तो बचा अपने को पं बटा अठ तो यह मतलब ये सिंपलस्ट फॉर्म होगी इस होर अगे असी नहीं कट सकते तो सिंपलस्ट फॉर्म होगी पं बटा अठ जा कि ऑप्शन नंबर थ्री थर्ड ऑप्शन जी है करेक्ट जवाब है है अपने को सवाल नंबर चौबी ये लिखा है पहलिया पं पू संख्याव का मदवान पता करो पूर्ण संख्या कि पहलियां पूर्न संख्या की होंगे तो होंगे जीरो वन टू 3 4 तो ये दे अपने को है, है, कि पांच पूर्ण संख्या में हो गया सबसे छोटी पूर्ण संख्या जीरो होती है तो मधवान ਦਾ ਸਵਾਲ ਅਸੀਂ ਪਹਿਲਾਂ ਵੀ ਪਤਾ ਕਰ ਚੁੱਕੇ ਹਾਂ ਤਾਂ ਮਧਵਾਨ ਪਤਾ ਕਰਨ ਦੇ ਲਈ ਕੀ ਕਰ ਦਿੰਦੇ ਆਪਾਂ ਡਾਟਾ ਨੂੰ ਜੋੜਦੇ ਹੁੰਦੇ ਆ ਉੱਪਰ ਜਿਹੜਾ ਡਾਟਾ ਆਪਣੇ ਕੋਲ ਦਿੱਤਾ ਹੈ ਆਂਕੜਾ ਹੈ ਉਹਦਾ ਜੋੜ बटा ਅਸੀਂ ਉਸ ਆਂਕੜੇ ਦੀ ਗਿਣਤੀ ਯਾਨੀ ਕਿ ਕਿੰਨੇ ਆਂਕੜੇ ਹਨ ਇਹ ਟੋਟਲ ਪੰਜ ਆਂਕੜੇ ਹਨ तो ਪੰਜ ਨਾਲ ਅਸੀਂ ਇੱਥੇ ਭਾਗ ਕਰਨਾ ਹੈ तो ਹੁਣ ਜ਼ੀਰੋ 'ਚ ਇੱਕ ਜੋੜਿਆ ਇੱਕ ਹੁੰਦਾ ਹੈ ਇੱਕ ਤੇ ਦੋ ਤਿੰਨ 10 10 6 6 اور 4 10 ਇਹ ਬਣ ਗਿਆ 10 5 ਹੁਣ 5 1 ਕਮ 5 5 ਦੁਣੀ 10 ਤੋਂ ਕੱਟਣ ਤੋਂ ਬਾਅਦ ਸਾਨੂੰ ਪ੍ਰਾਪਤ ਹੋਇਆ 2 ਇਹਦਾ ਮਤਲਬ ਇਸ ਦੀ ਮੀਨ ਜਿਹੜੀ ਵੈਲਿਊ ਹੈ ਜਾਂ ਮਦਵਾਨ ਕਹਿ ਲੋ ਉਹ ਹੈ ਆਪਣੇ ਕੋਲ 2 3rd ਆਪਸ਼ਨ ਜਿਹਦੇ ਉੱਥੇ ਆਪਾਂ 2 ਨਜ਼ਰ ਆ ਰਿਹਾ ਹੈ ਤੋਂ 3rd ਆਪਸ਼ਨ ਜਿਹੜਾ ਹੈ ਆਪਣਾ ਕਰੈਕਟ ਜਵਾਬ ਹੈ ਇੱਥੇ ਨੈਕਸਟ ਆਪਣੇ ਕੋ ਆ ਗਿਆ ਦਿੱਤੇ ਅੰਕਮਿਆਂ ਦੀ ਮੱਧਿਕਾ ਪਤਾ ਕਰੋ ਮਾਧਿਕਾ ਯਾਨੀ ਕਿ ਮੀਡੀਅਨ ਪਤਾ ਕਰਨਾ ਹੈ ਤਾਂ ਮੀਡੀਅਨ ਪਤਾ ਕਰਨ ਦੇ ਲਈ ਕੀ ਕਰਦੇ ਹੁੰਦੇ ਆਪਾਂ ਸਭ ਤੋਂ ਪਹਿਲਾਂ ਤਾਂ ਇਸ ਡਾਟੇ ਨੂੰ ਅਸੀਂ ਕਰਨਾ ਹੈ ਅਸੈਂਡਿੰਗ ਆਰਡਰ ਵਿੱਚ ਯਾਨੀ ਕਿ ਵੱਧ ਦੇ ਕ੍ਰਮ ਵਿੱਚ ਲਿਖਣਾ ਹੈ ਵੱਧ ਦਾ ਕ੍ਰਮ ਦਾ ਮਤਲਬ ਹੁੰਦਾ ਹੈ ਪਹਿਲਾਂ ਸਭ ਤੋਂ ਛੋਟਾ ਅੰਕੜਾ ਲਿਖਾਂਗੇ ਫਿਰ ਉਸ ਤੋਂ ਵੱਡਾ ਸਭ ਤੋਂ ਛੋਟਾ ਅੰਕੜਾ ਆਪਾਂ ਨੂੰ ਉੱਥੇ ਜਿਹੜਾ ਨਜ਼ਰ ਆ ਰਿਹਾ ਹੈ ਉਹ ਹੈ 12 ਉਹ 12 ਕਿੰਨੀ ਵਾਰ ਆਇਆ ਹੈ ਦੋ ਵਾਰ ਆਇਆ ਹੈ ਤਾਂ ਪਹਿਲਾਂ ਅਸੀਂ ਲਿਖਿਆ 12 ਕਮਾ 12 ਦੋ ਵਾਰ ਲਿਖ ਲਿਆ ਹੁਣ 13 ਦੀ ਵਾਰੀ ਆ ਗਈ 13 ਆਪਾਂ ਨੂੰ ਇੱਕ ਇੱਥੇ ਨਜ਼ਰ ਆ ਰਿਹਾ ਹੈ ਔਰ ਇੱਕ ਆਪਾਂ ਨੂੰ ਇੱਥੇ ਨਜ਼ਰ ਆ ਰਿਹਾ 13 ਵੀ ਦੋ ਵਾਰ ਆਇਆ ਹੈ ਤਾਂ 13 ਨੂੰ ਵੀ ਦੋ ਵਾਰ ਅਸੀਂ ਲਿਖ ਲਿਆ ਉਸ ਤੋਂ ਬਾਅਦ ਅੱਗੇ ਵਾਲੀ 14 ਦੀ 14 ਲਿਖਿਆ ਹੋਇਆ ਹੈ ਆਪਣੇ ਕੋ 1 2 ਔਰ 3 ਤਿੰਨ ਵਾਰ 14 ਆ ਗਿਆ ਤਾਂ ਆ ਗਿਆ 14 ਕਮਾ 14 ਕਮਾ 14 14 ਤੋਂ ਬਾਅਦ ਨੈਕਸਟ ਜਿਹੜਾ ਉਸ ਤੋਂ ਵੱਡਾ ਡਿਜੀਟ ਨਜ਼ਰ ਆ ਰਿਹਾ ਹੈ ਉਹ ਹੈ 16 ਤਾਂ 16 ਵੀ ਅਸੀਂ ਇਸ ਤਰ੍ਹਾਂ ਲਿਖ ਲਿਆ 16 ਤੋਂ ਬਾਅਦ ਸਭ ਤੋਂ ਵੱਡਾ ਹੈ 19 ਤਾਂ 19 ਨੂੰ ਵੀ ਅਸੀਂ ਲਿਖ ਲਿਆ ਤੋ ਇਸ ਸਾਰੇ ਡਾਟਾ ਨੂੰਸੀਂ ਅਸੈਂਡਿੰਗ ਆਰਡਰ ਵਿੱਚ ਲਿਖ ਲਿਆ। ਤੋ ਹੁਣ ਅਸੀਂ ਪਤਾ ਕਰਨਾ ਹੈ ਮੀਡੀਅਨ। ਮੀਡੀਅਨ ਜਿਹਨੂੰ ਅਸੀਂ ਐਮਓ ਵੀ ਲਿਖ ਲੈਂਦੇ ਆਂ। ਮੀਡੀਅਨ ਕੀ ਹੁੰਦਾ ਹੈ? ਮੀਡੀਅਨ ਦਾ ਮਤਲਬ ਹੁੰਦਾ ਹੈ ਉਹ ਵੈਲਿਊ ਜਿਹੜੀ ਬਿਲਕੁਲ ਗੱਭੇ ਹੈ। ਇਹ ਕਿੰਨੇ ਅੰਕੜੇ ਹਨ? 1 2 3 4 5 6 7 8 9। 9 ਅੰਕੜੇ ਹੈ। ਇਹਦਾ ਮਤਲਬ 4 ਅੰਕੜੇ ਇੱਧਰ ਹੋਗੇ, 4 ਅੰਕੜੇ ਇੱਧਰ ਹੋਗੇ। ਗੱਭਲੇ ਜਿਹੜਾ ਹੈ ਉਹ ਸਾਡੇ ਕੋਲ ਬਣ ਗਿਆ ਮੀਡੀਅਨ। 14 ਆਪਣੇ ਕੋਲ ਜਵਾਬ ਆ ਗਿਆ ਇੱਥੇ। ਮਾਧਿਕਾ ਬਣਗੀ ਮੱਧਿਕਾ ਹੈ 14 ਜਿਹੜਾ ਬਿਲਕੁਲ ਗੱਬੇ ਹੈ ਤੋਂ 14 ਯਾਨੀ ਕਿ 3rd ਆਪਸ਼ਨ ਨੂੰ ਅਸੀਂ ਇੱਥੇ ਟਿਕ ਕਰਨਾ ਹੈ ਜੋ ਕਿ ਕਰੈਕਟ ਆਪਸ਼ਨ ਹੈ ਨੈਕਸਟ ਆਪਣਾ ਕੋ ਸਵਾਲ ਨੰਬਰ 26 ਮਾ ਇਹਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਲਿਤਾ ਹੈ ਦਿੱਤਾ ਚਿੱਤਰ ਵੱਖ-ਵੱਖ ਸਾਲਾਂ ਵਿੱਚ ਹੋਈ ਕਾਰਾਂ ਦੀ ਵਿਕਰੀ ਨੂੰ ਦਰਸਾਉਂਦਾ ਹੈ ਯਾਨੀ ਕਿ ਅਲੱਗ-ਅਲੱਗ ਸਾਲਾਂ ਵਿੱਚ ਕਾਰਾਂ ਜਿਹੜੀਆਂ ਵੇਚੀਆਂ ਗਈਆਂ 2009 ਵਿੱਚ ਸਾਲ 2006 ਨਾਲੋਂ ਕਿੰਨੀਆਂ ਵੱਧ ਕਾਰਾਂ ਵਿਕੀਆਂ ਅਸੀਂ 2009 ਤੇ 2006 ਦਾ ਕੰਪੈਰੀਜ਼ਨ ਕਰਨਾ ਹੈ ਇੱਥੇ ਤੋਂ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਚਿੱਤਰ ਨੂੰ ਧਿਆਨ ਨਾਲ ਦੇਖੀਏ ਤੋਂ ਇਸ ਚਿੱਤਰ ਵਿੱਚ ਲਿਖਿਆ ਹੈ ਸਭ ਤੋਂ ਉੱਪਰ ਨਜ਼ਰ ਆ ਰਿਹਾ ਹੈ ਇੱਕ ਕਾਰ ਬਣੀ ਹੋਈ ਹੈ ਉਹ ਕਾਰ ਦੇ ਨਾਲ ਲਿਖਿਆ ਹੈ ਰਿਪਰੈਜ਼ੈਂਟਸ 1000 ਕਾਰਸ ਯਾਨੀ ਕਿ ਇੱਕ ਕਾਰ ਦਾ ਮਤਲਬ ਹੈ ਹਜ਼ਾਰਾਂ ਹਜ਼ਾਰ ਕਾਰ ਤੋ ਇੱਥੇ 2005 ਵਿੱਚ ਕਿੰਨੀਆਂ ਕਾਰਾਂ ਨਜ਼ਰ ਆ ਰਹੀਆਂ ਦੋ ਬਣੀਆਂ ਹੋਈਆਂ ਦੋ ਦਾ ਮਤਲਬ ਬਣ ਗਿਆ ਇੱਥੇ 2000 ਕਾਰਾਂ ਵਿਕੀਆਂ ਇਸੇ ਤਰ੍ਹਾਂ 2006 ਵਿੱਚ ਕਿੰਨੀਆਂ ਫੋਟੋ ਨਜ਼ਰ ਆ ਰਹੀਆਂ ਤਿੰਨ ਫੋਟੋ ਨਜ਼ਰ ਆ ਰਹੀਆਂ ਇਹਦਾ ਮਤਲਬ ਇਸ ਸਾਲ 'ਚ 3000 ਕਾਰਾਂ ਵਿਕੀਆਂ ਤੋ ਅਸੀਂ 2009 ਨੂੰ ਦੇਖਣਾ ਹੈ 2009 ਵਿੱਚ ਕਿੰਨੀਆਂ ਫੋਟੋ ਨਜ਼ਰ ਆ ਰਹੀਆਂ ਹਨ 1 2 3 4 5 ਇਹਦਾ ਮਤਲਬ ਇੱਥੇ ਕਿੰਨੀਆਂ ਕਾਰਾਂ ਵਿਕੀਆਂ 5000 ਕਾਰਾਂ ਵਿਕੀਆਂ 2 ਜਾਂ 6 ਚ ਕਿੰਨੀਆਂ ਵਿਕੀਆਂ ਸੀ 3000 ਇੱਥੇ 5000 ਤੋਂ ਡਿਫਰੈਂਸ ਕਿੰਨਾ ਹੈ ਡਿਫਰੈਂਸ ਹੈ 2000 ਕਾਰਾਂ ਦਾ ਇਹਦਾ ਮਤਲਬ 2009 ਵਿੱਚ 6 ਨਾਲੋਂ 2000 ਕਾਰਾਂ ਵੱਧ ਵਿਕੀਆਂ ਤੋਂ 2000 ਜਿਹੜਾ ਹੈ ਸਾਡਾ ਕਰੈਕਟ ਆਪਸ਼ਨ ਹੈ ਤੋਂ ਅਸੀਂ 2000 ਨੂੰ ਇੱਥੇ ਟਿਕ ਕਰਨਾ ਹੈ ਉਮੀਦ ਹੈ ਕਿ ਸਾਰਿਆਂ ਨੂੰ ਇਹ ਸਮਝ ਲੱਗ ਗਿਆ ਹੋਵੇਗਾ ਨੈਕਸਟ ਹੈ ਆਪਣਾ ਕੋ ਸਵਾਲ ਨੰਬਰ 27ਵਾਂ ਇਹਦੇ ਚ ਲਿਖਿਆ ਹੈ ਹਰੀਸ਼ ਇੱਕ ਤਰਬੂਜ ਲਿਆਂਦਾ ਹੈ। ਹਰੀਸ਼ ਇੱਕ ਵਾਟਰਮੈਲਨ ਜਿਹੜਾ ਹੈ ਉਹ ਲੈ ਕੇ ਆਇਆ ਹੈ। ਤੋਂ ਡਿਵਾਈਡਡ ਇਟ ਇਨਟੂ 10 ਇਕੁਅਲ ਪਾਰਟਸ। ਉਹ ਉਸ ਨੂੰ 10 ਬਰਾਬਰ ਭਾਗਾਂ ਵਿੱਚ ਵੰਡ ਦਿੰਦਾ ਹੈ। ਹੁਣ 10 ਭਾਗ ਉਸਨੇ ਕਰ ਦਿੱਤੇ। ਜੇਕਰ ਅੰਜੂ ਤਰਬੂਜ ਦਾ 4/10 ਭਾਗ ਖਾ ਲੈਂਦੀ ਹੈ ਤਾਂ ਹਰੀਸ਼ ਨੂੰ ਤਰਬੂਜ ਦਾ ਕਿੰਨਾ ਭਾਗ ਮਿਲਿਆ? ਹੁਣ ਦੇਖੋ ਇੱਕ ਤਰਬੂਜ ਸੀ ਆਪਣੇ ਕੋਲ। ਠੀਕ ਹੈ? ਤੋਂ ਜਿਹੜਾ ਹਰੀਸ਼ ਹੈ ਉਸਨੇ ਇਹਦੇ ਕਿੰਨੇ ਪਾਰਟਸ ਕਰਤੇ 10 ਹੁਣ ਉਹਦੇ ਕੋਲ ਦਸਾਂ ਵਿੱਚੋਂ 10 ਪਾਰਟ ਉਹਦੇ ਕੋਲ ਪਏ ਹੋਏ ਆ ਲੇਕਿਨ ਜਿਹੜੀ ਇੱਕ ਲੜਕੀ ਹੈ ਜਿਸ ਦਾ ਨਾਮ ਅੰਜੂ ਹੈ ਉਸਨੇ ਕਿੰਨਾ ਤਰਬੂਜ ਖਾ ਲਿਆ 4/10 ਭਾਗ ਖਾ ਲੇ ਠੀਕ ਆ ਤੋ ਉਹਦੇ ਕੋਲ ਪਹਿਲਾਂ 10 ਭਾਗ ਸੀ 4 ਉਹਨੇ ਖਾ ਲੇ ਤਾਂ ਮਾਈਨਸ ਕਰ ਦਿੰਨੇ ਆ ਤੋ ਇਹ ਬਚਿਆ ਦਸਾਂ ਚੋਂ 4 ਮਾਈਨਸ ਕਿਤੇ 6 ਬਚੇ ਤੋ 6/10 ਇਹਦਾ ਮਤਲਬ ਹੁਣ ਉਹਦੇ ਕੋਲ ਦਸਾਂ ਵਿੱਚੋਂ 6 ਹਿੱਸੇ ਰਹਿ ਗਏ ਨਨ ਕਿ 6/10 ਭਾਗ ਰਹਿ ਗਿਆ ਜਿਹੜਾ ਕਿ অপਸ਼ਨ ਨੰਬਰ 3 ਤੇ ਨਜ਼ਰ ਆ ਰਿਹਾ ਹੈ ਇਸ ਨੂੰ ਇੱਕ ਤਰੀਕਾ ਹੋਰ ਹੈ ਤੋਂ ਅਸੀਂ ਇਸ ਨੂੰ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਜਿਵੇਂ ਇੱਕ ਤਰਬੂਜ ਹੈ ਉਹਦੇ ਵਿੱਚੋਂ 4/10 ਭਾਗ ਖਾ ਲਏ ਗਏ ਅੰਜੂ ਦੁਆਰਾ ਤੋਂ ਬਾਕੀ ਕਿੰਨਾ ਬਚਿਆ ਤੋਂ ਅਸੀਂ ਇੱਥੇ ਇਸ ਨੂੰ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਕੈਂਚੀ ਗੁਣਾ 10 ਨੂੰ 10 1 ਨਾਲ ਗੁਣਾ ਕੀਤਾ ਇਹ ਬਣੇਗਾ 10 4 نیچے ਆਪਣੇ ਕੋ ਆ ਗਿਆ 10 ਤੋਂ ਇੱਥੇ 10 ਚੋਂ 4 ਕੱਢੇ 6 ਬਚਿਆ ਤੋ 6/10 ਅਸੀਂ ਇਸ ਨੂੰ ਇਸ ਤਰ੍ਹਾਂ ਵੀ ਕਰ ਸਕਦੇ ਸੀ ਜਾਨਕੀ 1 ਦੇ ਵਿੱਚੋਂ 4/10 ਨੂੰ ਅਸੀਂ ਮਾਈਨਸ ਕੀਤਾ ਹੈ ਤੋ 6/10 ਆਪਣਾ ਕਰੈਕਟ ਜਵਾਬ ਆ ਰਿਹਾ ਹੈ ਅਸੀਂ ਇਸ ਨੂੰ ਇੱਥੇ ਟਿਕ ਕਰਨਾ ਹੈ ਨੈਕਸਟ ਆਪਣਾ ਕੋ ਆ ਗਿਆ ਸਵਾਲ ਨੰਬਰ 28 ਇਹਦੇ ਵਿੱਚ ਨਜ਼ਰ ਆ ਰਿਹਾ ਹੈ ਲਿਖਿਆ ਹੈ ਇੱਕ ਥੈਲੇ ਵਿੱਚ ਤਿੰਨ ਹਰੀਆਂ ਸੱਤ ਲਾਲ ਗੇਂਦਾਂ ਹਨ ਬਿਨਾਂ ਦੇਖੇ ਥੈਲੇ ਵਿੱਚੋਂ ਇੱਕ ਗੇਂਦ ਬਾਹਰ ਕੱਢੀ ਗਈ ਕੀ ਸਭਾ ਮਨਾ ਹੈ ਕਿ ਕੱਡੇ ਗੇ ਗੇਂਦ ਲਾਲ ਰੰਗ ਦੀ ਹੈ ਠੀਕ ਹੈ ਇੱਕ ਬੈਗ ਵਿੱਚ ਕਿੰਨੀਆਂ ਗ੍ਰੀਨ ਕਲਰਸ ਦੀਆਂ ਕਿੰਨੀਆਂ ਬੋਲ ਹੈ ਗ੍ਰੀਨ ਕਲਰ ਲੈ ਲਿਆ ਮੈਂ ਤਿੰਨ ਬੋਲਾ ਹਨ ਰੈੱਡ ਕਲਰਸ ਦੀਆਂ ਕਿੰਨੀਆਂ ਬੋਲ ਹੈ ਰੈੱਡ ਨੂੰ ਆਪਾਂ ਆਰ ਲਿਖ ਲਿਆ ਸੱਤ ਗਿੰਦਾ ਹੈ ਤੋਂ ਟੋਟਲ ਕਿੰਨੀਆਂ ਗਿੰਦਾ ਹੋ ਗਈਆਂ ਉਸ ਬੈਗ ਦੇ ਵਿੱਚ ਟੋਟਲ ਗਿੰਦਾ ਹੋ ਗਿਆ ਆਪਣੇ ਕੋ 10 ਤੋਂ 10 ਕਿੰਨਾ ਇੱਕ ਥੈਲੇ ਵਿੱਚ ਹੈ ਤੋਂ ਤੋਂ ਅਸੀਂ ਬਿਨਾਂ ਦੇਖੇ ਇੱਕ ਗੇਂਦ ਬਾਹਰ ਕੱਢ ਲਈ 10 ਕਿੰਨਾ ਸਾਡੇ ਕੋ ਹੈ ਬਿਨਾਂ ਦੇਖੇ ਅਸੀਂ ਇੱਕ ਗੇਂਦ ਬਾਹਰ ਕੱਢੀ ਅਸੀਂ ਚਾਹੁੰਦੇ ਹਾਂ ਕਿ ਉਹ ਗੇਂਦ ਲਾਲ ਰੰਗ ਦੀ ਹੋਵੇ ਤਾਂ ਲਾਲ ਰੰਗ ਹੋਣ ਦੇ ਕਿੰਨੇ ਚਾਂਸ ਹੈ ਕਿਉਂਕਿ ਲਾਲ ਰੰਗ ਦੇ 7 ਬੋਲੇ ਹਨ ਤਾਂ 7 ਚਾਂਸ ਹੈ ਕਿੰਨੇ ਚਾਂਸ ਹੈ 7 ਚਾਂਸ ਹੈ ਕਿੰਨਿਆਂ ਵਿੱਚੋਂ 10 ਵਿੱਚੋਂ ਤਾਂ ਇਹ ਬਣ ਗਿਆ 7/10 ਪ੍ਰੋਬੈਬਿਲਿਟੀ ਬਣ ਗਈ ਕਿ ਸਾਡੇ ਕੋਲ ਲਾਲ ਬੋਲ ਪ੍ਰਾਪਤ ਹੋਏਗੀ ਤਾਂ ਇੱਕ ਵਾਰ ਦੁਬਾਰਾ ਦੇਖ ਲਓ ਜਦੋਂ ਅਸੀਂ ਬਿਨਾਂ ਦੇਖੇ ਥੈਲੇ ਵਿੱਚੋਂ ਬੋਲ ਕੱਢੀ ਤਾਂ लाल बॉल ओन दे किन्ने चांस है 7 चांस है 10 ਵਿੱਚੋਂ 7/10 ਹੋ ਗਿਆ ਇਸੇ ਤਰ੍ਹਾਂ ਅਗਰ ਗ੍ਰੀਨ ਬੋਲ ਦਾ ਪੁੱਛਿਆ ਹੁੰਦਾ ਵੀ ਗ੍ਰੀਨ ਬੋਲ ਦੇ ਕਿੰਨੇ ਚਾਂਸ ਹੈ ਤੋਂ ਗ੍ਰੀਨ ਬੋਲ ਦੇ ਚਾਂਸ ਹੋਣੇ ਸੀ 3/10 3 ਬੋਲਣਾ ਹੈ ਤੋਂ 3 ਚਾਂਸ ਹੈ 10 ਵਿੱਚੋਂ ਤੋਂ ਇਹਦਾ ਮਤਲਬ ਹੁਣ ਸਾਡਾ ਲਾਲ ਬੋਲ ਦਾ ਚਾਂਸ ਹੋ ਗਈ 7/10 ਜਿਹੜਾ ਕਿ ਆਪਾਂ ਨੂੰ ਆਪਸ਼ਨ ਨੰਬਰ 4 ਦੇ ਵਿੱਚ ਨਜ਼ਰ ਆ ਰਿਹਾ ਹੈ ਤੋਂ ਅਸੀਂ ਇਸ ਚੌਥੀ ਆਪਸ਼ਨ ਨੂੰ ਟਿਕ ਕਰਨਾ ਹੈ ਨੈਕਸਟ ਆਪਣਾ ਆਪਣੇ ਕੋ ਆ ਗਿਆ ਸਵਾਲ ਨੰਬਰ 29 ਇਸ ਦੀ ਸਟੇਟਮੈਂਟ ਹੈ ਇੱਕ ਆਇਤ ਦੀ ਲੰਬਾਈ 8.5 ਸੈਂਟੀਮੀਟਰ ਹੈ ਚੜਾਈ 5.7 ਸੈਂਟੀਮੀਟਰ ਹੈ ਤਾਂ ਇਸ ਦਾ ਖੇਤਰਫਲ ਵਰਗ ਸੈਂਟੀਮੀਟਰ ਵਿੱਚ ਪਤਾ ਕਰੋ ਤਾਂ ਦੇਖੋ ਆਪਾਂ ਨੂੰ ਇੱਕ ਆਇਤ ਦੀ ਲੰਬਾਈ ਦਿੱਤੀ ਹੋਈ ਹੈ ਜਿਸ ਨੂੰ ਆਪਾਂ ਲੈਂਥ ਬੋਲਦੇ ਹਾਂ ਲੈਂਥ ਕਿੰਨੀ ਹੈ 8.5 ਸੈਂਟੀਮੀਟਰ ਤਾਂ ਉਸ ਦੀ ਚੜਾਈ ਜਿਸ ਨੂੰ ਅਸੀਂ ਬ੍ਰੈਥ ਬੋਲ ਦਿੰਦੇ ਹਾਂ ਉਹ ਕਿੰਨੀ ਦਿੱਤੀ ਹੋਈ ਹੈ पांच पॉइंट सत्त फाइव पॉइंट सैवन सेंटीमीटर तो अभी पता करना है एरिया खेत्रफल खेत्रफल पता करना है यानी कि एरिया तो एरिया का फार्मूला की है? वो हूँ है लेंथ इंटू ब्रैथ यानी कि लंबाई गुणा चढ़ाई यानी कि इतने अँ अठ पॉइंट पांच सेंटीमीटर गुणा करना है पांच पॉइंट सत्त सेंट्टीमीटर नाल बस इन्ना ही कम करना है तो यह साढ़े को गुणा करके जवाब आएगा वो अभी चैक करना है ਗੁਣਾ ਕਰਨ ਦੇ ਲਈ ਅਸੀਂ 8.5 ਨੂੰ 8.7 ਨਾਲ ਮਲਟੀਪਲਾਈ ਕਰ ਸਕਦੇ ਹਾਂ ਇੱਥੇ ਅਸੀਂ ਕੈਲਕੂਲੇਟਰ ਦਾ ਸਹਾਰਾ ਲੈ ਲਿਆ 8.5 ਗੁਣਾ 5.7 ਤੋਂ ਸਾਡੇ ਕੋਲ ਜਵਾਬ ਆ ਗਿਆ ਕਿੰਨਾ ਆ ਰਿਹਾ 48. 48.45 ਤੋਂ 8. 5 ਨੂੰ 5.7 ਨਾਲ ਗੁਣਾ ਕਰਨ ਤੇ ਜਿਹੜਾ ਜਵਾਬ ਆਉਂਦਾ ਹੈ ਉਹ ਆਉਂਦਾ ਹੈ 48.45 ਤੋਂ 48.45 ਆਪਾਂ ਨੂੰ ਨਜ਼ਰ ਆ ਰਿਹਾ ਹੈ ਫਰਸਟ ਆਪਸ਼ਨ ਦੇ ਵਿੱਚ ਤੋਂ ਫਰਸਟ ਆਪਸ਼ਨ ਜਿਹੜਾ ਹੈ ਇੱਥੇ கரੈਕਟ ਜਵਾਬ ਹੈ ਤੋਂ ਅਸੀਂ ਇੱਥੇ ਇਸ ਨੂੰ ਟਿਕ ਕਰਨਾ ਹੈ ਤੋਂ ਅਸੀਂ ਦੇਖਿਆ ਕਿ ਸਿਰਫ ਆਪਾਂ ਇੱਥੇ 8.5 ਔਰ 8 5.7 ਨੂੰ ਗੁਣਾ ਸਿੰਪਲ ਗੁਣਾ ਕਰਨਾ ਹੈ ਨੈਕਸਟ ਆਪਣਾ ਕੋ ਆ ਗਿਆ ਸਵਾਲ ਨੰਬਰ 30 ਜਿਹੜਾ ਕਿ ਅੱਜ ਦਾ ਲਾਸਟ ਸਵਾਲ ਹੈ ਇਸ ਨੂੰ ਸੋਲਵ ਕਰਨ ਤੋਂ ਬਾਅਦ ਅਸੀਂ ਸਬਮਿਟ ਨੂੰ ਤੇ ਬਟਨ ਤੇ ਕਲਿੱਕ ਕਰਨਾ ਹੈ। ਤਾਂ ਇਹ ਜੀ ਸਟੇਟਮੈਂਟ ਲਿਖੀ ਹੋਈ ਹੈ 4.5 ਲੀਟਰ ਪੈਟਰੋਲ ਨਾਲ ਇੱਕ ਕਾਰ 79.2 ਕਿਲੋਮੀਟਰ ਦੂਰੀ ਤੈਅ ਕਰਦੀ ਹੈ। ਜਾਨਕਿ 4.5 ਪੈਟਰੋਲ ਪੌਣ ਤੇ ਇੰਨੀ ਦੂਰੀ ਤੈਅ ਕੀਤੀ ਜਾਂਦੀ ਹੈ। 1 ਲੀਟਰ ਪੈਟਰੋਲ ਵਿੱਚਕਾਰ ਕਿਲੋਮੀਟਰ ਵਿੱਚ ਕਿੰਨੀ ਦੂਰੀ ਤੈਅ ਕਰੇਗੀ? ਜਾਨਕਿ 1 ਲੀਟਰ ਨਾਲ ਕਿੰਨਾ ਤੈਅ ਕਰੇਗੀ? ਤੋ 4.5 ਲੀਟਰ ਜਦੋਂ ਅਸੀਂ ਪੈਟਰੋਲ ਪਵਾਉਂਦੇ ਆ ਪੈਟਰੋਲ ਨਾਲ ਤੈ ਦੂਰੀ ਕਿੰਨੀ ਦੂਰੀ ਤੈ ਹੁੰਦੀ ਹੈ ਉਹ ਹੁੰਦੀ ਹੈ 79.2 ਤੋ ਅਸੀਂ ਪਤਾ ਕਰਨਾ ਹੈ 1 ਲੀਟਰ ਪੈਟਰੋਲ ਨਾਲ ਤੈ ਦੂਰੀ ਵੀ ਉਹਦੇ ਨਾਲ ਕਿੰਨੀ ਦੂਰੀ तय कर सकते हैं तो वो आ जाएगा अपने को उनासी पुाइट दो बटा चार पॉइंट पांच जाने की उनासी पॉइंट दो चार पॉइंट नकसीम करना है तो ये असी तकसीम कर लेनी है तकसीम बाद सो तकसीम करा जवाब आ जाएगा सतारा पॉइंट छे है तो तकसीम मैं थोड़े तो लिए छोड़ दी है तकसीमें खुद करके देख लेनी है ਤੋ ਤਕਸੀਮ ਕਰਨ ਤੋਂ ਬਾਅਦ ਸਾਡਾ ਜਿਹੜਾ ਜਵਾਬ ਹੈ 17.6 ਆ ਜਾਏਗਾ ਯਾਨੀ ਕਿ 1 ਲੀਟਰ ਪੈਟਰੋਲ ਦੇ ਵਿੱਚ 17.6 ਕਿਲੋਮੀਟਰ ਦੂਰੀ ਤੈਅ ਹੋਏਗੀ ਜਿਹੜੀ ਕਿ ਆਪਾਂ ਨੂੰ ਫਰਸਟ ਆਪਸ਼ਨ ਵਿੱਚ ਨਜ਼ਰ ਆ ਰਹੀ ਹੈ ਤੋ ਅਸੀਂ ਇੱਥੇ ਫਰਸਟ ਆਪਸ਼ਨ ਨੂੰ ਟਿਕ ਕਰਨਾ ਹੈ ਔਰ ਇਸ ਤੋਂ ਬਾਅਦ ਸਾਡੇ ਸਾਰੇ ਸਵਾਲ ਕੰਪਲੀਟ ਹੋ ਚੁੱਕੇ ਹੈ ਤੋ ਹੁਣ ਅਸੀਂ ਇੱਥੇ ਸਬਮਿਟ ਦੀ ਆਪਸ਼ਨ ਤੇ ਟਿਕ ਕਰਾਂਗੇ ਔਰ ਆਪਣੇ ਪੇਪਰ ਨੂੰ ਸਬਮਿਟ ਕਰਾਂਗੇ ਤੋ ਉਮੀਦ ਹੈ ਕਿ ਸਾਰਿਆਂ ਨੂੰ ਅੱਜ ਦਾ ਇਹ ਵੀਡੀਓ ਦੇਖਣ ਤੋਂ ਬਾਅਦ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਤੁਹਾਡੇ ਕਿੰਨੇ ਸਵਾਲ ਠੀਕ ਹੈ ਉਹ ਕਿੰਨੇ ਸਵਾਲ ਗਲਤ ਹਨ ਔਰ ਤੁਹਾਡੇ ਕੁੱਲ 40 ਮਾਰਕਸ ਵਿੱਚੋਂ ਤੁਹਾਡੇ ਕਿੰਨੇ ਨੰਬਰ ਬਣਦੇ ਹੈ ਉਹ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਔਰ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਅਗਰ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰ ਦਿਓ ਤਾਂਕਿ ਤੁਹਾਨੂੰ ਸਾਡੀ ਵੀਡੀਓਜ਼ ਦੇ ਨੋਟੀਫਿਕੇਸ਼ਨ ਜਿਹੜੇ ਹੈ ਉਹ ਮਿਲਦੇ ਰਹਿਣ So thank you very much. Have a nice day.